ਸ਼੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਗਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਬਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰੇ ਅਨੁਰਾਗ ਇਕੰਕਰ ਸਤਗੁਰੂ ਤੇਹ ਪ੍ਰਸਾਦ ਸਚ ਹੋਏ ਵਾਹੇ ਗੁਰੂ ਜੀ ਕੀ ਫਤਿਹ ਬਿਗਨ ਬਿਨਾਸ਼ਨ ਸੋਏ ਤੁਹਾਨੂੰ ਤੁਹਾਨੂੰ ਸਤਿਗੁਰੂ ਗਰੀਬ ਨਿਵਾਦ ਸੱਚੇ ਪਾਤਸ਼ਾਹ ਹਜੂਰ ਗਰੀਬ ਨਿਵਾਦ ਧਨ ਤਨ ਅੰਤਰ ਜਾਮੀ ਸੱਚੇ ਪਾਤਸ਼ਾਹ ਪੂਰਨ ਪਾਰਬ੍ਰਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸਰੂਪ ਸੱਚੇ ਪਾਤਸ਼ਾਹ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਦੀ ਇੱਜ਼ਤ ਪੱਤਰ ਰੱਖਣ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਕਰਨ ਵਾਲੇ ਧਨ ਤਨ ਸਤਿਗੁਰੂ ਗਰੀਬ ਨਵਾਜ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 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 ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿੱਚ ਸੁਭਾਏ ਮਨ ਸੰਗਤ ਜੀ ਆਪ ਜੀ ਬੜੇ ਪਿਆਰ ਨਾਲ ਸਤਿਗੁਰੂ ਜੀ ਦੀ ਪਵਿੱਤਰ ਹਾਜ਼ਰੀ ਵਿੱਚ ਛੱਜ ਕੇ ਬੈਠੇ ਹੋ। ਜਦੋਂ ਵੀ ਗੁਰੂ ਜੀ ਦੀ ਹਾਜ਼ਰੀ ਵਿੱਚ ਬੈਠਣਾ ਆਪਣੇ ਆਪ ਦੇ ਵੱਡੇ ਭਾਗ ਜਾਣਣੇ ਆ ਤੇ ਸਾਰੇ ਕੰਮਾਂ ਤੋਂ ਆਪਣੇ ਆਪ ਨੂੰ ਸੰਕੋਚ ਕੇ ਮਨ ਇਕਾਗਰ ਕਰਕੇ ਫਿਰ ਗੁਰੂ ਜੀ ਦੀ ਹਾਜ਼ਰੀ ਵਿੱਚ ਬੈਠਣਾ। ਆਓ ਬੜੇ ਪਿਆਰ ਨਾਲ ਸਾਰੀ ਸੰਗਤ ਜੋੜੋ ਦੋਵੇਂ ਹੱਥ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਧੰ ਸਤਿਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਥਾ ਗੁਰੂ ਰੀ ਦਾ ਪਵਿੱਤਰ ਇਤਿਹਾਸ ਆਪ ਜੀ ਸਿੱਖ ਸੰਗਤਾਂ ਬੜੇ ਹੀ ਪਿਆਰ ਨਾਲ ਹਰ ਰੋਜ਼ ਦੇਸ਼ਾਂ ਬਦੇਸ਼ਾਂ ਦੇ ਵਿੱਚ ਬੈਠ ਕੇ ਇਸ ਸਥਾਨ ਤੇ ਸੱਜ ਕੇ ਸਰਵਣ ਕਰਦੇ ਹਾਂ ਹਜ਼ੂਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੀ ਬਖਸ਼ੀ ਹੋਈ ਫਤਿਹ ਬਿਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਲਿਆ ਦਾ ਮੁੱਖ ਗੁਰੂ ਜੀ ਨੇ ਭੰਨਿਆ ਨਾਰਦ ਮੋਨ ਸਾਧ ਸੰਗਤ ਦੀ ਮਹਾਰਾਜ ਜੀ ਦੀ ਹਾਜ਼ਰੀ ਵਿੱਚ ਗੁਰੂ ਜੀ ਦੇ ਦਰਸ਼ਨ ਕਰਨ ਲਈ ਹਾਜ਼ਰ ਹੋਏ ਹਜੂਰ ਮਾਤਾ ਦੇ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਦਰਸ਼ਨ ਦਿੱਤੇ ਕਿ ਨਿਹਾਲ ਕੀਤਾ ਬਚਨ ਬਲਾਸ ਹੋਏ ਔਰ ਕੱਲ ਉਹਨਾਂ ਬਚਨਾਂ ਦਾ ਤਤ ਭਾਵ ਆਪ ਜੀ ਨੇ ਸਰਵਣ ਕੀਤਾ ਸੀਗਾ ਕਲ ਯੁਗ ਦੇ ਵਿੱਚ ਸਭ ਤੋਂ ਉੱਤਮ ਕੰਮ ਜਿਹੜਾ ਹੈ ਉਹ ਵਾਹਿਗੁਰੂ ਜੀ ਦੇ ਗੁਣ ਗਾਉਣੇ ਆ ਜੀ ਨਾਮ ਜਪਣ ਤੋਂ ਉੱਤੇ ਹੋਰ ਕਲ ਯੁਗ ਵਿੱਚ ਕੋਈ ਵੀ ਕੰਮ ਨਹੀਂ ਹੈਗਾ ਜੀ ਕੋਈ ਵੀ ਕੰਮ ਨਹੀਂ ਹੈਗਾ ਕਲਮ ਹੈ ਇਹੋ ਪੁਨ ਗੁਣ ਗੋਬਿੰਦ ਗਾਹੇ ਹਜੂਰ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਜੀ ਦਾ ਮੁੱਖ ਉਪਦੇਸ਼ ਆਪ ਜੀ ਨੇ ਸਰਵਣ ਕੀਤਾ ਸਤਜੁਗ ਦੇ ਵਿੱਚ 1 ਲੱਖ ਸਾਲ ਬੰਦੇ ਦੀ ਉਮਰ ਸੀਗੀ ਜੀ 1 ਲੱਖ ਸਾਲ ਇੱਕ ਬੰਦੇ ਦੀ ਉਮਰ ਹੁੰਦੀ ਸੀਗੀ ਇਸ ਕਰਕੇ ਨਾਮ ਜਪਣ ਦੇ ਨਾਲ 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 ਜੋਗ ਕਰਨ ਨੂੰ ਮੁੱਖ ਸਾਧਨ ਦੱਸ ਦਿੱਤਾ ਜੀ ਤ੍ਰੇਤੇ ਦੇ ਵਿੱਚ ਸਾਧ ਸੰਗਤ ਜੀ ਬੰਦੇ ਦੀ ਉਮਰ ਘਟ ਕੇ ਤੇ 10000 ਸਾਲ ਰਹਿ ਗਈ ਜੀ ਦਵਾਪਰ ਦੇ ਵਿੱਚ ਸਾਧ ਸੰਗਤ ਜੀ ਉਮਰ 1000 ਸਾਲ ਇੱਕ ਬੰਦੇ ਦੀ ਹੁੰਦੀ ਸੀਗੀ ਤੇ ਕਲਯੁਗ ਵਿੱਚ ਜੇ ਆਪਾਂ ਹਿਸਾਬ ਲਾਈਏ ਮਸਾਂ 100 ਸਾਲ ਹੀ ਬੰਦੇ ਦੀ ਉਮਰ ਹੋਏਗੀ ਜੀ ਮਸਾਂ 100 ਸਾਲ ਦੀ ਜਿਹੜਾ 100 ਸਾਲ ਤੋਂ ਉੱਤੇ ਸਮਾਂ ਕੱਢਦਾ ਉਹਦੇ ਬਾਰੇ ਤੁਸੀਂ ਸੁਣਿਆ ਅਖਬਾਰਾਂ 'ਚ ਵੀ ਆਉਂਦੀ ਆ ਲੋਕ ਯੂਟਿਊਬ ਤੇ ਪਾ ਦਿੰਦੇ ਵੀ ਬੜਾ ਵੱਡਾ ਮੋਰਚਾ ਮਾਰ ਲਿਆ 100 ਸਾਲ ਤੋਂ ਉੱਤੇ ਵੱਧ ਉਮਰ ਜੀ ਲਿਆ ਜੀ ਕਾਲ ਯੁਗ ਵਿੱਚ 100 ਸਾਲ ਕਿਹਦੇ ਉਮਰ ਹੋ ਜੇ ਬੜੀ ਵੱਡੀ ਗੱਲ ਐ ਸਾਧ ਸੰਗਤ ਜੀ ਬੜੀ ਵੱਡੀ ਗੱਲ ਐ ਕੋਈ 80ਆਂ 90ਆਂ ਦਾ ਹੀ ਹੋਵੇ ਨਾ ਜੀ ਅਗਲੇ ਉਹਨੂੰ ਵੀ ਸਮਝਦੇ ਵੀ ਬੜਾ ਵੱਡਾ ਤੇ ਬਜ਼ੁਰਗ ਹੋ ਗਿਆ ਜੀ ਬਜ਼ੁਰਗ ਹੋ ਗਿਆ 100 ਸਾਲ ਉਮਰ ਹੈ ਔਰ ਬੜੀ ਥੋੜੀ ਉਮਰ ਹੈ ਜੀ ਕਿੱਥੇ 1 ਲੱਖ ਸਾਲ ਉਮਰ ਸੀ ਕਿ ਸਤਜੁਗ ਚ ਇੱਕ ਬੰਦੇ ਦੀ ਕਿੱਥੇ ਕਲਯੁਗ ਚ ਸਾਰੀ 100 ਸਾਲ ਰਹਿ ਕੇ ਜੀ ਇੰਨੀ ਥੋੜੀ ਉਮਰ ਵਿੱਚ ਬੰਦਾ ਕੀ ਕਰੇਗਾ ਜੀ ਕੀ ਕਰੇਗਾ ਤੁਸੀਂ ਵੇਖ ਲਓ ਆਪਾਂ ਆਪਣੀ ਗੱਲ ਕਰੀਏ ਸਾਰੀ ਦਿਹਾੜੀ ਆਪਣੀ ਹੋਰ ਕੰਮਾਂ ਵਿੱਚ ਬਤੀਤ ਹੋ ਗਈ ਹੋਏਗੀ ਤੇ ਨਾਮ ਜਪਣ ਲਈ ਬਹੁਤ ਥੋੜਾ ਸਮਾਂ ਕੱਢਿਆ ਗਿਆ ਜੀ ਬਹੁਤ ਥੋੜਾ ਸਮਾਂ ਜੀ ਸੋ ਕਾਲ ਤੁਗ ਵਿੱਚ ਮੁੱਖ ਸਾਧਨ ਵਾਹਿਗੁਰੂ ਜੀ ਦਾ ਨਾਮ ਹੈ ਹੋਰ ਕੰਮਾਂ ਤੋਂ ਮਾਰਨੇ ਸੰਕੋਚ ਕਰਵਾ ਕੇ ਆਖਿਆ ਭਾਈ ਜਪੋ ਨਾਮ ਤੇ ਕਰੋ ਆਪਣਾ ਭਲਾ ਇਹ ਪ੍ਰਸੰਗ ਆਪ ਜੀ ਨੇ ਸਰਵਣ ਕੀਤਾ ਸੀ ਹੁਣ ਅੱਗੋਂ ਕਥਾ ਬੜੇ ਪਿਆਰ ਦੇ ਨਾਲ ਸਰਵਣ ਕਰੋ ਦੋਵੇਂ ਹੱਥ ਜੋੜੋ ਪਿਆਰ ਸਤਕਾਰ ਨਾਲ ਗੱਜ ਕੇ ਆਖੋ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਫੇਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਸਾਹਿਬ ਜੀ ਹਾਂ ਜੀ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਸ੍ਰੀ ਗੁਰੂ ਪਗਿਰ ਓਟ ਮਮ ਛੋਡੋਂ ਕਬਹੋਂ ਨਾ ਭੂਲ ਬਿਗਨ ਜੇ ਪਵਨ ਸਮਾਨ ਹੈ ਤਾਂ ਕੋ ਡਰਨ ਨਹ ਮੂਲ ਹਜੂਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਚਰਨਾਂ ਦੀ ਉਹ ਪਰਬਤ ਵਰਗੇ ਆ ਪਰਬਤ ਵਰਗੇ ਭਾਈ ਸੰਤੋਖ ਸਿੰਘ ਜੀ ਕਹਿੰਦੇ ਸੰਗਤ ਜੀ ਮੈਂ ਗੁਰੂ ਜੀ ਦੇ ਚਰਨ ਕਦੀ ਨਹੀਂ ਛੱਡਣੇ ਕਹਿੰਦੇ ਕਹਿੰਦੇ ਮੈਨੂੰ ਅਸ਼ੀਰਵਾਦ ਦਿਓ ਮੈਂ ਸਤਿਗੁਰੂ ਦੇ ਸ਼ਰਨ ਚਰਨ ਕਦੀ ਨਾ ਛੱਡਾਂ ਜਿਹੜਾ ਮਾੜਾ ਦੇ ਚਰਨ ਨਹੀਂ ਨਾ ਛੱਡਦਾ ਉਹਨੂੰ ਕਹੇ ਤੋ ਡਰਨ ਦੀ ਲੋੜ ਨਹੀਂ ਐ ਚੌਪਈ ਚੌਪਈ ਕਹ ਬਾਲਾ ਸ੍ਰੀ ਅੰਗਦ ਸੁਣੀਏ ਭਾਈ ਬਾਲਾ ਜੀ ਹਜ਼ੂਰ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੂੰ ਮਹਾਰਾਜ ਦੀ ਕਥਾ ਸੁਣਾਉਣ ਲੱਗੇ ਜੀ ਹਾਂਜੀ ਗੁਰੂ ਇਤਿਹਾਸ ਸਰਬ ਸੁਭ ਗੁਨੀਏ ਕਹਿੰਦੇ ਮਹਾਰਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਤਿਹਾਸ ਸੁਣੋ ਜਿੰਨੂੰ ਸੁਣ ਕੇ ਬੰਦੇ ਦੇ ਅੰਦਰ ਗੁਣ ਆਉਣ ਲੱਗ ਪੈਂਦੇ ਆ ਨਾਮ ਜਪਣ ਨੂੰ ਜੀ ਕਰਦਾ ਹੈ ਨਾਰਦ ਨਾਰਦ ਸੋ ਮਿਲ ਕਰ ਮਿਲ ਕਰ ਤਹ ਕਾਲਾ ਹਜੂਰ ਮਹਾਰਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਨਾਰਦ ਜੀ ਆ ਕੇ ਮਿਲੇ ਜੀ ਹਾਂਜੀ ਅੱਗੇ ਗਵਨ ਦੀਨ ਦਿਆਲਾ ਉਰੇ ਤੋਂ ਬਾਦ ਦੀਨ ਦਿਆਲ ਸੇਵਕਾਂ ਉੱਤੇ ਦਇਆ ਕਰਨ ਵਾਲੇ ਰਹਿਮਤਾ ਕਰਨ ਵਾਲੇ ਸੱਚੇ ਪਾਤਸ਼ਾਹ ਮਹਾਰਾਜ ਅੱਗੇ ਚੱਲ ਪਏ ਹਾਂਜੀ ਸਿੰਧ ਵਿਖੇ ਟਾਪੂ ਇੱਕ ਆਵਾ ਸਮੁੰਦਰ ਵਿੱਚ ਇੱਕ ਆਈਲੈਂਡ ਆਇਆ ਜੀ ਤਾਂ ਟਾਪੂ ਆਇਆ ਜੀ ਟਾਪੂ ਮਹਾਰਾਜ ਚੱਲਦੇ ਗਏ ਇੱਕ ਟਾਪੂ ਆ ਗਿਆ ਜੀ ਹਾਂਜੀ ਦੇਸ਼ ਬਸੀਹਰ ਜਾ ਕੋ ਨਾਵਾ ਔਰ ਉਸ ਦੇਸ਼ ਦਾ ਨਾਮ ਸੀਗਾ ਬਸੀਹਰ ਬਸ਼ੀਹਰ ਉਸ ਇਲਾਕੇ ਦਾ ਨਾਮ ਸੀਗਾ ਜੀ ਹਾਂਜੀ ਇੱਕ ਸੁੰਦਰ ਤਹਿ ਨਗਰ ਵਿਰਾਜਾ ਟਾਪੂ ਦੇ ਵਿੱਚ ਬੜਾ ਸੋਹਣਾ ਇੱਕ ਨਗਰ ਵੱਸਦਾ ਸੀ ਰੱਬ ਨੇ ਬੜੀ ਮਿਹਰ ਕੀਤੀ ਹੈ ਸਮੁੰਦਰਾਂ ਦੇ ਵਿੱਚ ਟਾਪੂ ਤੇ ਟਾਪੂਆਂ ਦੇ ਵਿੱਚ ਲੋਕਾਂ ਨੂੰ ਰਹਿਣ ਦਾ ਪ੍ਰਬੰਧ ਕੀਤਾ ਪਿਆ ਰੱਬ ਨੇ ਜੀ ਪਰਮੇਸ਼ਰ ਕਿੰਨਾ ਤੇ ਆਲੂ ਹੈ ਜੀ ਉਹ ਟਾਪੂ ਦੇ ਵਿੱਚ ਇੱਕ ਬੜਾ ਸੋਹਣਾ ਨਗਰ ਵਸਿਆ ਜੀ ਔਰ ਬੜਾ ਸੋਹਣਾ ਕਿਲਾ ਬਣਿਆ ਉੱਥੇ ਹਾਂਜੀ ਚਾਹ ਦੇਸ਼ ਜਿਸਕੇ ਉਪਬਨ ਸਾਜਾ ਚਾਰੇ ਪਾਸੇ ਬਾਗ ਉੱਚੀਆਂ ਕੰਧਾਂ ਨੇ ਬੜੇ ਸੋਹਣੇ ਸੋਹਣੇ ਘਰ ਨੇ ਜੀ ਉਸ ਇਲਾਕੇ ਦੇ ਹਾਂਜੀ ਬਨਿਓ ਸੋ ਗਿਰਦੇ ਦੁਰਗ ਉਤੰਗਾ ਨਗਰ ਦੇ ਆਲੇ ਦੁਆਲੇ ਬੜਾ ਵੱਡਾ ਇੱਕ ਕਿਲਾ ਬਣਿਆ ਤੇ ਸਮੁੰਦਰ ਦੇ ਵਿੱਚ ਘਰ ਬੜਾ ਫੱਬਰਿਆ ਜੀ ਹਾਂਜੀ ਕਾਨ ਰੋਕਨ ਹਿਤ ਮਨਹੁ ਉਮੰਗਾ ਹਾਂਜੀ ਸੁਦਰਯਾਨ ਤਹਿ ਹਉ ਤੰਦਰਪਾਲਾ ਕਰਤ ਰਾਜ ਤਹਿ ਦੇਸ਼ ਵਿਸਾਲਾ ਉਸ ਇਲਾਕੇ ਦਾ ਜਿਹੜਾ ਰਾਜਾ ਸੀ ਨਾ ਰਾਜਾ ਉਹਦਾ ਨਾਮ ਸੀ ਰਾਜਾ ਸੁਦਰਸੈਨ ਗੱਜ ਕੇ ਆਖੋ ਵਾਹਿਗੁਰੂ ਸੁਦਰਸੈਨ ਉਸ ਇਲਾਕੇ ਦੇ ਰਾਜੇ ਦਾ ਨਾਮ ਸੀਗਾ ਜੀ ਹਾਂਜੀ ਪੁਨਕੇ ਵਹਿਰ ਥਾਨ ਰਮਣੀਕਾ ਫੁਰਕੇ ਵਹਿਰ ਥਾਨ ਰਮਣੀਕਾ ਨਗਰ ਦੇ ਬਾਹਰ ਇੱਕ ਸੋਹਣੀ ਥਾਂ ਸੀਗੀ ਇਕਾਂਤ ਥਾਂ ਸੀਗੀ ਜੀ ਹਾਂਜੀ ਬੈਸੇ ਤਹਾ 베ਦੀ ਕੁਲ ਟੀਕਾ 베ਦੀ ਕੁਲ ਦੇ ਮਾਲਕ ਸੱਚੇ ਪਾਤਸ਼ਾਹ ਧੰਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨਗਰ ਦੇ ਬਾਹਰ ਬੈਠ ਗਏ ਹਾਂਜੀ ਨਿਸਾ ਬਿਤੀ ਇੱਕ ਭੀ ਪੁਨਸਾਰਾ ਰਾਤ ਤੇ ਇੱਕ ਦਿਨ ਤੇ ਇੱਕ ਰਾਤ ਮਹਾਰਜ ਨੇ ਨਗਰ ਦੇ ਬਾਹਰ ਜਾ ਕੇ ਸੱਚੇ ਪਾਤਸ਼ਾਹ ਨੇ ਕੱਟੇ ਨਗਰ ਦੇ ਅੰਦਰ ਨਹੀਂ ਗਏ ਸੱਚੇ ਪਾਤਸ਼ਾਹ ਹਾਂਜੀ ਤਬ ਮਰਦਾਨੇ ਬਚਨ ਉਚਾਰਾ ਤੇ ਜਦੋਂ ਇੱਕ ਦਿਨ ਹੋ ਗਿਆ ਬੈਠਿਆਂ ਜਾ ਕੇ ਤੇ ਭਾਈ ਮਰਦਾਨਾ ਜੀ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗੇ ਆਇਐਸ ਦੇਹੋ ਨਗਰ ਮਹਿ ਜਾਵੋ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ਼ ਮਹਾਰਾਜ ਮੈਨੂੰ ਹੁਕਮ ਦਿਓ ਆਗਿਆ ਦਿਓ ਮਾਰਾ ਨਗਰ ਦੇ ਵਿੱਚ ਜਾਵਾਂ ਬੜਾ ਸੋਹਣਾ ਨਗਰ ਹੈ ਹਾਂਜੀ ਜਾ ਚ ਕਿਸੂਤੇ ਭੋਜਨ ਖਾਵਾਂ ਤੇ ਮਹਾਰਾਜ ਮੰਗ ਕੇ ਕਿਸੇ ਕੋਲੋਂ ਭੋਜਨ ਖਾ ਲਈਏ ਪ੍ਰਸ਼ਾਦਾ ਪਾਣੀ ਛਕ ਲਈਏ ਇਹ ਜਿਹੜੀ ਭੁੱਖ ਲੱਗਣੀ ਹੈ ਵੀ ਕਾਰਨ ਹੈ ਜੀ ਭਾਈ ਮਰਦਾਨਾ ਜੀ ਨੂੰ ਜਿਹੜੀ ਭੁੱਖ ਲੱਗੀ ਹੈ ਮਹਾਰਾਜ ਨੂੰ ਭੁੱਖ ਲੱਗ ਗਈ ਹੈ ਤੇ ਕਿਸੇ ਕੋਲੋਂ ਮੰਗ ਕੇ ਮੈਂ 2-4 ਪ੍ਰਸ਼ਾਦੇ ਛਕ ਲਵਾਂ ਹਾਂਜੀ ਬਿਗਸੇ ਸ੍ਰੀ ਮੁਖ ਮੁਜਸੋ ਕਹਹੀਂ ਹਾਂਜੀ ਕਿਆ ਮਰਦਾਨਾ ਭਾਕਤ ਇਹ ਹੀ ਤੇ ਮਹਾਰਾਜ ਨਾ ਖੁਸ਼ ਹੋ ਗਏ ਖੁਸ਼ ਤੇ ਭਾਈ ਬਾਲਾ ਜੀ ਨੂੰ ਮਹਾਰਾਜ ਕਹਿੰਦੇ ਬਾਲਿਆ ਵੇਖ ਮਰਦਾਨੇ ਨੂੰ ਫਿਰ ਭੁੱਖ ਲੱਗ ਗਈ ਹੈ ਮਹਾਰਾਜ ਕਹਿੰਦੇ ਹਾਂਜੀ ਮੈਂ ਬੋਲਿਓ ਇਹ ਜਨਮ ਸੁਭਾਉ ਤੇ ਭਾਈ ਬਾਲਾ ਜੀ ਕਹਿੰਦੇ ਮਹਾਰਾਜ ਸ਼ੁਰੂ ਤੋਂ ਸੁਭਾਅ ਹੈ ਸ਼ੁਰੂ ਤੋਂ ਸੁਭਾਅ ਹੈ ਤੇ ਮਹਾਰਾਜ ਭੁੱਖ ਐਵੇਂ ਨਹੀਂ ਲੱਗਦੀ ਤੁਸੀਂ ਕਿਸੇ ਦਾ ਭਲਾ ਕਰਨਾ ਹੋਣਾ ਮਹਾਰਾਜ ਹਾਂਜੀ ਮਿਟਹਿ ਨਾ ਕੀ ਜਹ ਕੋਟ ਉਪਾਉ ਤੇ ਮਹਾਰਾਜ ਹੁਣ ਕੋਈ ਉਪਾ ਕਰੀਏ ਸੱਚੇ ਪਾਤਸ਼ਾ ਹਾਂਜੀ ਸਿਰਿ ਮੁਖ ਪਨਹ ਸੁਨਹੁ ਮਰਦਾਨਾ ਕਹਤੇ ਜਾ ਚਹ ਭੋਜਨ ਖਾਨਾ ਮਹਾਰਾਜ ਕਹਿੰਦੇ ਮਰਦਾਨਿਆ ਤੂੰ ਗੱਲ ਕੀਤੀ ਐ ਵੀ ਨਗਰ ਵਿੱਚੋਂ ਕਿਸੇ ਕੋਲੋਂ ਜਾ ਕੇ ਭੋਜਨ ਮੰਗ ਕੇ ਸ਼ਕਾਂ ਮਹਾਰਾਜ ਕਹਿੰਦੇ ਕਿਰੇ ਕੋ ਮੰਗ ਕੇ ਖਾਏਗਾ ਕੋਈ ਜਾਣਦਾ ਤੈਨੂੰ ਮਹਾਰਾਜ ਕਹਿੰਦੇ ਇਸ ਨਗਰ ਵਿੱਚ ਮੰਗਦਾ ਤੇ ਬੰਦਾ ਉਹਦੇ ਕੋਲੋਂ ਹੈ ਨਾ ਜਿਹੜਾ ਕੋਈ ਥੋੜਾ ਬਹੁਤਾ ਜਾਣਦਾ ਪਛਾਣਦਾ ਹੋਵੇ ਵੀ ਮੈਨੂੰ ਲੋੜ ਹੈ ਤੇ ਮਹਾਰਾਜ ਕਹਿੰਦੇ ਕਿਤੇ ਕੋਲ ਜਾ ਕੇ ਬਿਠੇਗਾ ਹਾਂਜੀ ਦੋਹਰਾ ਜਿਹ ਟਿੱਗ ਕਰ ਹੋ ਰਜਾਏ ਨਿਜ ਜਾਂਚੋਂ ਤਹ ਟਿੱਗ ਜਾਏ ਤੇ ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਜਿਹੜੇ ਕੋ ਕੋ ਹੋਰੇ ਕੋ ਜਾ ਕੇ ਮੰਗ ਲੈਣੇ ਆ ਮਹਾਰਾਜ ਜਾਣਦਾ ਤਾਂ ਨਹੀਂ ਹੈਗਾ ਮੈਂ ਕਿਸੇ ਨੂੰ ਇਸ ਨਗਰ ਵਿੱਚ ਇੱਥੇ ਮੈਂ ਕਿਹੜਾ ਪਹਿਲਾਂ ਆਇਆ ਅੱਜ ਪਹਿਲੀ ਵਾਰੀ ਤੁਹਾਡੇ ਨਾਲ ਆਇਆ ਹਾਂ ਸੱਚੇ ਪਾਤਸ਼ਾਹ ਦੱਸੋ ਕਿਤੇ ਕੋ ਜਾ ਕੇ ਭੋਜਨ ਮੰਗਾ ਹਾਂਜੀ ਨਹਕੋ ਮੇਲੀ ਮਮ ਐਹਾਂ ਸੁਨ ਸ੍ਰੀ ਗੁਰੂ ਅਲਾਇ ਮਹਾਰਾਜ ਇੱਥੇ ਤੇ ਮੇਰਾ ਕੋਈ ਦੋਸਤ ਯਾਰ ਮਿੱਤਰ ਨਹੀਂ ਹੈਗਾ ਤੇ ਮਹਾਰਾਜ ਕਿਹਦੇ ਕੋਲੋਂ ਪ੍ਰਸ਼ਾਦਾ ਮੰਗਣਾ ਦੱਸੋ ਹਾਂਜੀ ਚੌਪਈ ਪਖਰ ਇੱਕ ਤਿਰਖਾਨ ਤਹਪੂਤਾ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ ਹੁਣ ਇਸ ਨਗਰ ਦਾ ਨਾਮ ਕੀ ਭਲਾ ਬਸ਼ੀਹਰ ਤੇ ਮਹਾਰਾਜ ਸੱਚੇ ਪਾਤਸ਼ਾਹ ਪਹਿਲੀ ਵਾਰੀ ਆਏ ਮਹਾਰਾਜ ਕਹਿੰਦੇ ਮਰਦਾਨਿਆਂ ਇਸ ਨਗਰ ਵਿੱਚ ਇੱਕ ਤਿਰਖਾਨ ਰਹਿੰਦਾ ਜਿਹਦਾ ਨਾਮ ਹੈ ਪਖਰ ਤੇ ਪਖਰ ਦਾ ਇੱਕ ਪੁੱਤਰ ਰਹਿੰਦਾ ਜਿਹੜਾ ਸੁਭਾਅ ਦਾ ਸੰਤ ਹੈ ਤੇ ਬੜਾ ਚੰਗਾ ਬੜਾ ਭਲਾ ਬੜਾ ਨਾਮ ਜਪਦਾ ਮਰ ਕਹਿੰਦੇ ਉਹਦਾ ਨਾਮ ਸੁਣਦਾ ਹਾਂਜੀ ਢੰਡਾ ਨਾਮ ਰੁਚਿਰ ਕਰ ਤੂਤਾ ਪਾਖਰ ਨਾਮ ਦੇ ਤਰਖਾਨ ਦਾ ਪੁੱਤਰ ਰਹਿੰਦਾ ਹੈ ਜਿਹਦਾ ਨਾਮ ਹੈ ਭਾਈ ਢੰਡਾ ਤੇ ਕੰਮ ਬੜੇ ਵਧੀਆ ਹੁੰਦੇ ਗੱਜ ਕੇ ਆਖੋ ਵਾਹਿਗੁਰੂ ਬੜੇ ਵਧੀਆ ਤੇ ਬੜੇ ਨੇਕ ਕੰਮ ਨੇ ਮਰ ਕਹਿੰਦੇ ਉਹਦੇ ਹਾਂਜੀ ਜਾਏ ਕਰਹੁ ਭੋਜਨ ਤਹਿ ਐਨਾ ਤੇ ਮਰ ਕਹਿੰਦੇ ਜਾ ਉਹਦੇ ਘਰ ਚਲੇ ਜਾ ਤੇ ਭਾਈ ਟੰਡੇ ਦੇ ਘਰੋਂ ਪ੍ਰਸ਼ਾਦਾ ਛਕ ਲਾ ਜਾ ਕੇ ਹਾਂਜੀ ਮਰਦਾਨਾ ਗਮਨਿਓ ਸੁਨ ਬੈਨਾ ਭਾਈ ਮਰਦਾਨਾ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਸੁਣ ਕੇ ਨਗਰ ਦੇ ਵਿੱਚ ਚਲੇ ਗਏ ਤੇ ਭਾਈ ਟੰਡੇ ਦਾ ਘਰ ਲੱਭਣ ਲੱਗੇ ਜੀ ਭਾਈ ਟੰਡਾ ਜੀ ਦਾ ਘਰ ਲੱਭਣ ਲੱਗ ਪਏ ਹੁਣ ਵੇਖ ਲੋ ਇਹ ਤੁਰ ਪਏ ਬਸ ਮਹਾਰਾਜ ਨੇ ਕਹਿ ਤਾ ਕਹਿੰਨੇ ਉਹ ਨਹੀਂ ਪੁੱਛਿਆ ਇੱਕ ਵਾਰੀ ਨੇ ਮਹਾਰਾਜ ਨੂੰ ਪੁੱਛਿਆ ਮਹਾਰਾਜ ਪੱਕੀ ਗੱਲ ਹੈ ਝੰਡਾ ਰਹਿੰਦਾ ਇੱਥੇ ਤੇ ਬਸ ਭਾਈ ਮਰਦਾਨਾ ਦੀ ਸਤਿਵੰਤਨ ਕਰਕੇ ਤੁਰ ਪਏ ਸਖੀ ਟਿਕੀ ਸਤਿਵੰਤਨ ਤੇ ਆ ਸਾਧ ਸੰਗਤ ਜੀ ਹਾਂਜੀ ਜਾਏ ਨਗਰ ਮਹ ਪ੍ਰਾਪਤ ਭਇਓ ਬੂਜਤ ਬੂਜਤ ਕੋਸਿਕ ਗਇਓ ਨਗਰ ਵਿੱਚ ਪਹੁੰਚ ਗਏ ਤੇ ਲੋਕਾਂ ਕੋਲੋਂ ਪੁੱਛਦੇ ਫਿਰਨ ਭਾਈ ਇੱਥੇ ਝੰਡੇ ਦਾ ਘਰ ਕਿੱਥੇ ਹੈ ਭਾਈ ਤੁਹਾਨੂੰ ਪਤਾ ਇੱਥੇ ਭਾਈ ਝੰਡਾ ਰਹਿੰਦਾ ਹੈ ਭਾਈ ਝੰਡੇ ਦੇ ਘਰ ਜਾਣਾ ਹੈ ਹਾਂਜੀ ਤਬ ਇੱਕ ਮਾਨਵ ਤਹਕੇ ਸੰਗਾ ਬੂਜਨ ਕੀਨਾ ਸਰਬ ਪ੍ਰਸੰਗਾ ਤੇ ਤਬ ਇੱਕ ਮਾਨਵ ਤਹਕੇ ਸੰਗਾ ਉਹ ਇੱਕ ਬੰਦੇ ਨੇ ਪੁੱਛ ਹੀ ਲਿਆ ਵੀ ਤੂੰ ਭਾਈ ਝੰਡੇ ਨੂੰ ਕਿਉਂ ਮਿਲਣਾ ਭਾਈ ਤੁਹਾਨੂੰ ਕੋਈ ਕੰਮ ਹੈ ਝੰਡੇ ਦੇ ਨਾਲ ਹਾਂਜੀ ਕੋ ਹੈ ਤੂੰ ਕਹਤੇ ਚੱਲ ਆਇਓ ਭਾਈ ਤੂੰ ਕੌਣ ਹੈ ਤੇ ਕਿਸ ਪਾਸਿਓਂ ਚੱਲ ਕੇ ਆਇਆ ਤੈਨੂੰ ਭਾਈ ਟੰਡੇ ਦੀ ਕਿਉਂ ਜ਼ਰੂਰਤ ਪੈਗੀ ਹਾਂਜੀ ਕੌਣ ਬਰਨ ਅਬ ਕਹਾ ਸਿਧਾਇਓ ਤੇ ਗਾਂ ਟੰਡੇ ਨੂੰ ਮਿਲ ਕੇ ਕਿੱਥੇ ਜਾਣਾ ਤੂੰ ਐਸੇ ਇਲਾਕੇ ਦਾ ਨਹੀਂ ਐ ਤੇ ਕੀ ਕੰਮ ਐ ਤੈਨੂੰ ਭਾਈ ਟੰਡੇ ਨਾਲ ਹਾਂਜੀ ਸੁਨ ਮਰਦਾਨੇ ਵਾਕ ਅਲਾਇਆ ਟੰਡੇ ਕੋ ਘਰ ਦੇਹੋ ਬਤਾਇਆ ਤੇ ਭਾਈ ਮਰਦਾਨਾ ਜੀ ਕਹਿੰਦੇ ਗੁਰਮੁਖਾ ਬੰਦਾ ਤੇ ਤੂੰ ਮੈਨੂੰ ਬੜਾ ਵਧੀਆ ਲੱਗਦਾ ਤੂੰ ਸਵਾਲ ਨਾ ਪੁੱਛ ਤੇ ਮੈਨੂੰ ਟੰਡੇ ਦੇ ਘਰ ਲੈ ਜਾ ਮੈਨੂੰ ਭਾਈ ਟੰਡੇ ਦੇ ਘਰ ਲੈ ਜਾ ਹਾਂਜੀ ਦੁਹਰਾ ਬੂਝ ਲੈ ਗੋ ਸੋਹਮੈ ਜਾਇ ਸੋ ਤਹਕੇ ਪਾਸ ਉਹਨਾਂ ਦੇ ਕੋਲ ਜਦੋਂ ਜਾਵਾਂਗਾ ਫਿਰ ਜਾ ਕੇ ਮੈਨੂੰ ਪੁੱਛੀ ਵੀ ਕੀ ਕੰਮ ਹੈ ਨਾਲੇ ਤੈਨੂੰ ਭਾਈ ਟੰਡਾਈ ਦੱਸ ਦੇਗਾ ਸਾਰੀ ਗੱਲ ਹਾਂਜੀ ਇੰਦਰਸੈਨ ਸੁਣ ਲੈ ਚੱਲਾ ਜਹੱਠਾ ਹੋ ਤੋ ਆਵਾਸ ਤੇ ਸਤ ਸੰਗਤ ਜੀ ਉਹ ਜਿਹੜਾ ਬੰਦਾ ਪੁੱਛ ਰਿਆ ਸੀ ਨਾ ਜੀ ਭਾਈ ਮਰਦਾਨੇ ਨੂੰ ਵੀ ਤੈਨੂੰ ਭਾਈ ਟੰਡੇ ਨਾਲ ਕੀ ਕੰਮ ਹੈ ਉਹ ਅਸਲ ਵਿੱਚ ਭਾਈ ਟੰਡੇ ਦਾ ਪੱਕਾ ਦੋਸਤ ਹੁੰਦਾ ਜੀ ਪੱਕਾ ਦੋਸਤ ਹੁੰਦਾ ਜੀ ਤੇ ਉਹਦਾ ਨਾਮ ਕੀ ਭਲਾ ਉਹਦਾ ਨਾਮ ਹੈ ਇੰਦਰਸੈਨ ਇੰਦਰਸੈਨ ਨਾਮ ਹੈ ਤੇ ਭਾਈ ਟੰਡੇ ਦਾ ਪੱਕਾ ਜੋਟਾ ਜੀ ਪੱਕਾ ਦੋਸਤ ਹੈ ਹਾਂਜੀ ਚੌਪਈ ਟੰਡਾ ਮੰਜੀ ਬੁਨ ਤਨ ਕੇ ਤੂ ਵੇਖ ਉਠਿਓ ਤਿਨ ਆਦ ਰਹਿ ਤੂ ਉਹਨੇ ਫਿਰ ਭਾਈ ਟੰਡੇ ਦਾ ਘਰ ਦੱਸਿਆ ਕੱਲਾ ਦੱਸਿਆ ਹੀ ਨਹੀਂ ਕਹਿ ਲਗਾ ਦੁਬਾਰਾ ਦੋਹਰਾ ਪੜੋ ਦੋਹਰਾ ਬੂਜਲੇ ਕੋ ਸੋ ਹਮੈ ਜਾਏ ਜੋ ਤਹ ਕੇ ਪਾਸ ਇੰਦਰਸੈਲ ਸੁਣ ਲੈ ਚਲਾ ਜੇਠਾ ਹੁਤੋ ਆਵਾਸ ਭਾਈ ਝੰਡੇ ਦੇ ਘਰ ਇੰਦਰਸੈਨ ਕਹਿੰਦਾ ਮੈਂ ਤੈਨੂੰ ਆਪ ਹੀ ਲੈ ਚਲਦਾ ਦੱਸਣਾ ਕੀ ਹੈ ਆਪਾਂ ਵੀ ਕਹਿ ਦਿੰਨੇ ਜਿਹੜਾ ਆਪਣਾ ਯਾਰ ਮਿੱਤਰ ਹੋਵੇ ਵੀ ਦੱਸਣਾ ਕੀ ਹੈ ਤੈਨੂੰ ਲੈ ਹੀ ਚਲਦਾ ਮੇਰਾ ਯਾਰ ਹੈ ਤੇ ਇੰਦਰਸੈਨ ਕਹਿਣ ਲੱਗਾ ਮੇਰਾ ਦੋਸਤ ਹੈ ਤੈਨੂੰ ਮੈਂ ਲੈ ਚਲਦਾ ਭਾਈ ਝੰਡੇ ਘਰ ਹਾਂਜੀ ਚੋ ਭਾਈ ਚੰਡਾ ਮੰਜੀ ਬੁਨ ਤਨ ਕੇ ਤੂ ਤੇ ਜਦੋਂ ਭਾਈ ਢੰਡਾ ਜੀ ਦੇ ਘਰ ਵਿੱਚ ਦੋਵੇਂ ਗਏ ਤੇ ਪਿਆਰਿਓ ਭਾਈ ਢੰਡਾ ਜੀ ਆਪਣੇ ਘਰ ਵਿੱਚ ਮੰਜੀ ਹੋਣ ਰਹੇ ਸਨ ਜੀ ਗੱਜ ਕੇ ਆਖੋ ਵਾਹਿਗੁਰੂ ਭਾਈ ਢੰਡਾ ਜੀ ਨੂੰ ਸਧਾਰਨ ਪੁਰਸ਼ ਨਾ ਸਮਝ ਲਿਓ ਜੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਭਾਈ ਢੰਡੇ ਦੇ ਘਰ ਵਿੱਚ ਭਾਈ ਮਰਦਾਨੇ ਨੂੰ ਭੇਜਿਆ ਤੇ ਕੋਈ ਕਾਰਨ ਹੋਵੇਗਾ ਜੀ ਕੋਈ ਕਾਰਨ ਹੋਵੇਗਾ ਏਡੇ ਵੱਡੇ ਸ੍ਰਿਸ਼ਟੀ ਦੇ ਮਾਲਕ ਗੁਰੂ ਨਾਨਕ ਸਾਹਿਬ ਜਗਤ ਨੂੰ ਤਾਰਨ ਆਏ ਐ ਭਾਈ ਟੰਡੇ ਦਾ ਨਾਮ ਲੈ ਕੇ ਭਾਈ ਟੰਡੇ ਦੇ ਘਰ ਮਰਦਾਨੇ ਨੂੰ ਭੇਜਿਆ ਜੀ ਕੋਈ ਨਾ ਕੋਈ ਤੇ ਗੱਲ ਹੋਏਗੀ ਭਾਈ ਟੰਡਾ ਜੀ ਮੰਜੀ ਹੋਣ ਰਹੇ ਸਨ ਜੀ ਹਾਂਜੀ ਦੇਖ ਉਠਿਓ ਤਿਨ ਆਦਰਹਿ ਤੂ ਤੇ ਭਲੇ ਪੁਰਸ਼ਾਂ ਦੀ ਨਿਸ਼ਾਨੀ ਵੇਖਿਓ ਭਲੇ ਪੁਰਸ਼ਾਂ ਦੀ ਉਹਨਾਂ ਵੇਖਿਆ ਵੇ ਮੇਰਾ ਮਿੱਤਰ ਆਇਆ ਇੰਦਰਸੈਨ ਤੇ ਮੇਰੇ ਮਿੱਤਰ ਦੇ ਨਾਲ ਇੱਕ ਹੋਰ ਪੁਰਸ਼ ਵੀ ਆਇਆ ਤੇ ਭਾਈ ਟੰਡਾ ਜੀ ਉਹ ਕੰਮ ਛੱਡ ਕੇ ਨਾ ਜੀ ਦੋਵੇਂ ਹੱਥ ਜੋੜ ਕੇ ਖਲੋਗੇ ਜੀ ਆਓ ਜੀ ਜੀ ਆਿਆਂ ਨੂੰ ਉਹਨਾਂ ਦਾ ਆਦਰ ਕੀਤਾ ਜੀ ਉੱਠ ਕੇ ਹਾਂ ਜੀ ਤੂਰਨ ਸੁੰਦਰ ਮੰਚ ਡਸਾਇਓ ਉਸੇ ਵੇਲੇ ਦੋਵਾਂ ਵਾਸਤੇ ਮੰਜੀ ਡਾਈ ਜੀ ਭਾਈ ਟੰਡਾ ਜੀ ਨੇ ਜੀ ਹਾਂ ਜੀ ਅਧਿਕ ਭਾਉ ਕਰ ਤਿਸਹਿ ਵਿਸਾਇਓ ਤੇ ਹੱਥ ਜੋੜ ਕੇ ਬੜੇ ਪ੍ਰੇਮ ਨਾਲ ਕਿਹਾ ਆਓ ਜੀ ਜੀਆਂ ਆਨੋ ਆਓ ਬੈਠੋ ਇੱਥੇ ਬੜੇ ਪ੍ਰੇਮ ਦੇ ਨਾਲ ਉਹਨਾਂ ਨੂੰ ਬਿਠਾਇਆ ਜੀ ਉੱਥੇ ਹਾਂਜੀ ਇੰਦਰਸੈਨ ਪੁਨ ਬਾਨ ਉਚਾਰਾ ਗੱਜਖਿਆਖੋ ਵਾਹਿਗੁਰੂ ਤੇ ਭਾਈ ਇੰਦਰਸੈਨ ਜੀ ਭਾਈ ਟੰਡੇ ਦੇ ਦੋਸਤ ਭਾਈ ਟੰਡੇ ਨੂੰ ਕਹਿਣ ਲੱਗੇ ਹਾਂਜੀ ਖੋਜਤ ਫਿਰਤ ਆਵਾਸ ਤੁਮਾਰਾ ਕਹਿੰਦੇ ਝੰਡਿਆ ਆ ਗੁਰਮੁਖ ਤੇਰਾ ਘਰ ਲੱਭਦਾ ਫਿਰਦਾ ਸੀਗਾ ਹਾਂਜੀ ਬੂਜ ਰਿਹਾ ਹੋਂ ਸਰਬ ਪ੍ਰਸੰਗਾ ਮੈਂ ਇਹਨੂੰ ਪੁੱਛਿਆ ਵੀ ਤੂੰ ਕਿਉਂ ਝੰਡੇ ਦਾ ਘਰ ਪੁੱਛਿਆ ਤੈਨੂੰ ਕੀ ਕੰਮ ਐ ਭਾਈ ਝੰਡੇ ਦੇ ਨਾਲ ਹਾਂਜੀ ਮੋਹੇ ਨਾ ਬਤਾਇਓ ਆਨਿਓ ਸੰਗਾ ਤੇ ਮੈਨੂੰ ਨੀ ਇਹਨੇ ਕੋਈ ਦੱਸਿਆ ਮੈਨੂੰ ਦੱਸਿਆ ਨਹੀਂ ਬਸ ਕਹਿੰਦਾ ਵੀ ਛੇਤੀ ਚੱਲੋ ਹਾਂਜੀ ਚੌਪਈ ਥੋੜਾ ਜ਼ੋਰ ਘੱਟ ਲਾ ਹਾਂਜੀ ਯਾ ਕੋ ਹੈ ਕੁਝ ਤੁਝ ਸੋ ਕਾਮ ਤੇ ਦਸਿਆ ਕਹਿੰਦੇ ਇੰਦਰਸੈਨ ਨੇ ਆਖਿਆ ਵੀ ਤੇਰੇ ਨਾਲ ਇਹਨੂੰ ਕੋਈ ਕੰਮ ਹੈ ਟੰਡਿਆ ਆ ਮਿਲਦਾ ਤੈਨੂੰ ਮਿਲਣ ਆਇਆ ਹੀ ਕੋਈ ਹਾਂਜੀ ਜਾਂ ਤੇ ਚੱਲ ਆਵਾ ਤੁਝ ਧਾਮਾ ਬੂਜਤ ਝੰਡਾ ਕਹਤੇ ਆਇਓ ਹੁਣ ਭਾਈ ਟੰਡੇ ਨੇ ਭਾਈ ਮਰਦਾਨਾ ਜੀ ਨੂੰ ਪਹਿਲੀ ਵਾਰੀ ਵੇਖਿਆ ਸੀਗਾ ਤੇ ਭਾਈ ਟੰਡਾ ਜੀ ਮਰਦਾਨਾ ਜੀ ਨੂੰ ਪੁੱਛਦੇ ਵੀ ਭਾਈ ਤੁਸੀਂ ਕੌਣ ਹੋ ਤੇ ਇੱਥੇ ਮੇਰੇ ਕੋਲ ਆਏ ਹੋ ਦੱਸੋ ਕੀ ਕੰਮ ਮੈਂ ਕੀ ਸੇਵਾ ਕਰ ਸਕਦਾ ਇੱਕ ਗੱਲ ਚੇਤਾ ਰੱਖਿਓ ਗੁਰਮੁਖ ਬੰਦੇ ਜਿਹੜੇ ਉਹਨਾਂ ਦੀ ਬੋਲੀ ਬੜੀ ਭਲੀ ਹੁੰਦੀ ਹੈ ਜੀ ਭਲੀ ਤੇ ਠੱਗਾਂ ਦੀ ਵੀ ਹੁੰਦੀ ਹੈ ਪਰ ਠੱਗਾਂ ਦੀ ਬੋਲੀ ਜਿਹੜੀ ਹੈ ਨਾ ਜੀ ਉਹਦੇ ਪਿੱਛੇ ਠੱਗੀ ਹੁੰਦੀ ਹੈ ਤੇ ਜਦੋਂ ਠੱਗ ਮਿੱਠੇ ਮਿੱਠੇ ਬੋਲ ਬੋਲਦੇ ਨਾ ਜੀ ਉਹ ਐਵੇਂ ਹੀ ਹੁੰਦੇ ਨੇ ਫਿੱਕੇ ਹੀ ਲੱਗਦੇ ਆ ਜਦੋਂ ਗੁਰਮੁਖ ਮਿੱਠੇ ਬੋਲ ਬੋਲਦਾ ਮਨ ਉਤੇ ਅਸਰ ਪੈਂਦਾ ਹੈ ਜੀ ਭਾਈ ਟੰਡਾ ਜੀ ਨੇ ਜਦੋਂ ਪੁੱਛਿਆ ਵੀ ਦੱਸੋ ਮਰਦਾਨਾ ਜੀ ਨੂੰ ਪੁੱਛਿਆ ਤੁਸੀਂ ਕੌਣ ਹੋ ਤੁਹਾਡਾ ਕੀ ਨਾਮ ਹੈ ਤੁਹਾਨੂੰ ਕੀ ਕੰਮ ਪੈ ਗਿਆ ਮੇਰੇ ਨਾਲ ਹਾਂਜੀ ਦੋਹਰਾ ਮਰਦਾਨਾ ਮਮ ਨਾਮ ਹੈ ਵਰਨ ਮੇਰਾ ਸੀ ਜਾਨ ਤੇ ਭਾਈ ਮਰਦਾਨਾ ਜੀ ਸਿੱਧਾ ਹੀ ਦੱਸਣ ਲੱਗੇ ਕਹਿੰਦੇ ਭਾਈ ਟੰਡੇ ਮੇਰਾ ਨਾਮ ਮਰਦਾਨਾ ਹੈ ਮਰਾਸੀਆਂ ਦੇ ਘਰ ਵਿੱਚ ਮੇਰਾ ਜਨਮ ਹੋਇਆ ਕਹਿੰਦੇ ਮਰਾਸੀਆਂ ਮੈਂ ਹਾਂਜੀ ਤੁਮਰੇ ਨਿਕਟ ਪਠਾਇਓ ਸ੍ਰੀ ਨਾਨਕ ਗੁਣਖਾਨ ਤੇ ਮੈਨੂੰ ਤੁਹਾਡੇ ਕੋਲ ਭੇਜਿਆ ਗੁਣਾ ਦੇ ਘਰ ਮੇਰੇ ਮਾਲਕ ਧੰਗ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਮੈਨੂੰ ਉਹਨਾਂ ਨੇ ਤੇਰੇ ਕੋਲ ਭੇਜਿਆ ਹਾਂਜੀ ਚਉਪਈ ਝੰਡਾ ਕਹ ਨਾ ਹੋ ਕਬ ਜਨਤ ਝੰਡੇ ਨੇ ਆਪਣੀ ਜ਼ਿੰਦਗੀ ਚ ਗੁਰੂ ਨਾਨਕ ਸਾਹਿਬ ਦਾ ਨਾਮ ਇਹ ਪਹਿਲੀ ਵਾਰ ਹੀ ਸੁਣਿਆ ਸੀ ਕਿ ਅੱਖੋ ਤਨ ਗੁਰੂ ਨਾਨਕ ਦੇਵ ਸਾਹਿਬ ਜੀ ਤਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਉਹ ਉਹਨੇ ਕਿਹਾ ਵੀ ਝੰਡਾ ਕਹ ਨਾ ਹੋ ਕਬ ਜਨਤ ਉਹ ਕਹਿੰਦਾ ਵੀ ਮੈਂ ਤੇ ਨਹੀਂ ਜਾਣਦਾ ਗੁਰੂ ਨਾਨਕ ਸਾਹਿਬ ਨੂੰ ਹਾਂਜੀ ਜਿਹ ਕੋ ਨਾਨਕ ਨਾਮ ਬਖਾਨਤ ਜਿਨ੍ਹਾਂ ਦਾ ਨਾਮ ਭਾਈ ਗੁਰਮੁਖਾ ਤੁਸੀਂ ਗੁਰੂ ਨਾਨਕ ਸਾਹਿਬ ਦੱਸ ਰਹੇ ਹੋ ਮੈਂ ਤੇ ਉਹਨਾਂ ਨੂੰ ਨਹੀਂ ਜਾਣਦਾ ਹਾਂਜੀ ਅੱਗੇ ਸੁਨਾ ਨਾ ਦੇਖਾ ਕਬਹੀ ਨਾਮ ਐ ਅੱਗੇ ਨਾਨਕ ਨਾਮ ਸੁਣਿਆ ਤੇ ਨਾਮ ਐ ਕਦੀ ਉਹਨਾਂ ਦੇ ਪਹਿਲਾਂ ਦਰਸ਼ਨ ਕੀਤੇ ਐ ਉਹਨਾਂ ਨੇ ਤੈਨੂੰ ਮੇਰੇ ਘਰ ਕਿਉਂ ਭੇਜਿਆ ਹਾਂਜੀ ਤੁਮਨਾ ਨਾਮ ਸੁਨਾਵਾ ਅਬਹੀ ਮੈਨੂੰ ਤਾਂ ਤੁਸੀਂ ਹੀ ਇਹ ਦੋਨਾਂ ਦਾ ਨਾਮ ਦੱਸਿਆ ਮੈਂ ਤੇ ਅਜ ਤੱਕ ਉਹਨਾਂ ਦਾ ਨਾਮ ਨਹੀਂ ਸੁਣਿਆ ਹਾਂਜੀ ਤੂੰ ਨਹ ਜਾਣਤ ਸੋ ਤੁਝ ਜਾਨਹੈ ਕੇ ਗੱਜ ਕੇ ਆਖੋ ਵਾਹਿਗੁਰੂ ਭਾਈ ਮਰਦਾਨਾ ਜੀ ਕਹਿੰਦੇ ਭਾਈ ਢੰਡੇ ਤੁਸੀਂ ਨਹੀਂ ਮੇਰੇ ਗੁਰੂ ਜੀ ਨੂੰ ਜਾਣਦੇ ਪਰ ਉਹ ਤੁਹਾਨੂੰ ਜਾਣਦੇ ਹੈ ਤੂੰ ਨਹ ਜਾਨਾ ਸੋ ਤੁਝ ਜਾਨਾ ਹੈ ਤੁਸੀਂ ਨਹੀਂ ਉਹਨਾਂ ਨੂੰ ਜਾਣਦੇ ਪਰ ਉਹ ਤੁਹਾਨੂੰ ਜਾਣਦੇ ਹੈ ਹਾਂਜੀ ਚਲੋ ਹਧੂਰ ਲੈ ਪਹਿਚਾਨਣਾ ਹੈ ਚਲੋ ਉਹਨਾਂ ਦੇ ਕੋਲ ਚਲੋ ਤੇ ਜਦੋਂ ਤੁਸੀਂ ਉਹਨਾਂ ਕੋਲ ਪਹੁੰਚਣਾ ਉਹਨਾਂ ਤੁਹਾਨੂੰ ਪਛਾਣ ਜਾਣਾ ਪਛਾਣ ਜਾਣਾ ਹਾਂਜੀ ਜੇ ਪਛਾਨ ਤੋਂ ਮੁਝੈ ਪਠਾਵਾ ਜੇ ਤੁਹਾਡੀ ਪਛਾਣ ਹੈ ਤਾਂ ਹੀ ਉਹਨਾਂ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਨਾ ਉਹ ਤੁਹਾਨੂੰ ਜਾਣਦੇ ਤੁਸੀਂ ਨਹੀਂ ਜਾਣਦੇ ਪਰ ਉਹ ਜਾਣਦੇ ਐ ਸੰਗਤ ਜੀ ਬੰਦਾ ਭਾਵੇਂ ਗੁਰੂ ਨੂੰ ਜਾਣ ਨਾ ਜਾਣੇ ਗੁਰੂ ਸਭ ਨੂੰ ਹੀ ਜਾਣਦਾ ਐ ਜੀ ਮਹਾਰਾਜ ਸਭ ਨੂੰ ਹੀ ਜਾਣਦੇ ਐ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਹਾਂਜੀ ਬਿਨ ਜਾਣੇ ਸੁਧ ਕਹਿ ਕੋ ਆਵਾ ਉਹ ਕਹਿੰਦੇ ਭਾਈ ਮਰਦਾਨਾ ਜੀ ਵੀ ਬਿਨਾ ਕਿਸੇ ਨੂੰ ਜਾਣੇ ਵੀ ਕਿਸੇ ਦੇ ਘਰ ਭੇਜੀਦਾ ਹਾਂਜੀ ਸੁਨ ਐ ਵਚੰਡਾ ਬੁੱਧ ਵਿਸ਼ੇਖਾ ਭਾਈ ਚੰਡੇ ਨੇ ਬੜੇ ਧਿਆਨ ਨਾਲ ਗੱਲ ਸੁਣੀ ਨਾਮ ਜਪਣ ਵਾਲੇ ਸਨ ਭਾਈ ਚੰਡਾ ਜੀ ਹਾਂਜੀ ਬੂਜਤ ਕੋ ਸਰੀਰ ਤਿੰਨ ਬੇਖਾ ਭਾਈ ਚੰਡਾ ਜੀ ਪੁੱਛਦੇ ਵੀ ਕਿਹੜਾ ਰੂਪ ਧਾਰ ਰਿਹਾ ਉਹਨਾਂ ਕਿਹੋ ਜਿਹੇ ਕੱਪੜੇ ਪਾਉਂਦੇ ਐ ਹਾਂਜੀ ਜਿਸ ਪ੍ਰਕਾਰ ਕੀ ਹਵਾ ਤਿੰਨ ਰੀਤਾ ਲੇ ਗਵਨੋ ਤਸ ਭੇਟ ਸਪਰੀਤਾ ਭਾਈ ਜਿਹੋ ਜੇ ਬਸਤਰ ਪਾਉਂਦੇ ਆ ਜਿਹੋ ਜਾਂ ਭੇਖ ਧਾਰਨ ਕੀਤਾ ਉਹਦੀ ਭੇਟਾ ਉਹਨਾਂ ਲਈ ਲੈ ਚੱਲੀ ਹੈ 10 ਭਾਈ ਗੁਰਮੁਖਾ ਉਹ ਕਿਹੋ ਜੇ ਨੇ ਉਹਨਾਂ ਲਈ ਕੀ ਖੜਾ ਮੈਂ ਹਾਂਜੀ ਪੁਨ ਮਰਦਾਨੇ ਬੈਨ ਅਲਾਇਆ ਜਗ ਮਹਿ ਨਾਨਕ ਤਪਾ ਕਹਾਇਆ ਤੇ ਭਾਈ ਮਰਦਾਨਾ ਦੀ ਕਹਿਣ ਲੱਗੇ ਕਹਿੰਦੇ ਵੀ ਸੁਣ ਜਗਤ ਦੇ ਲੋਕ ਉਹਨੂੰ ਨਾ ਉਹਨਾਂ ਨੂੰ ਨਾਨਕ ਤਪਾ ਜੀ ਕਹਿੰਦੇ ਐ ਤਪਾ ਜੀ ਕਹਿੰਦੇ ਆ ਸਾਰੇ ਹਾਂਜੀ ਬੇਸ ਉਦਾਸ ਸਰੀਰ ਵਿਰਾਜੈ ਹਾਂਜੀ ਜਿਨ ਕੇ ਦਰਸ਼ਨ ਕਲਮਲ ਭਾਜੈ ਕਹਿੰਦੇ ਉਦਾਸੀ ਭੇਖ ਧਾਰਨ ਕੀਤਾ ਤੇ ਭਾਈ ਟੰਡੇ ਮੇਰੇ ਗੁਰੂ ਜੀ ਇੰਨੇ ਵੱਡੇ ਨੇ ਉਹਨਾਂ ਦੇ ਦਰਸ਼ਨ ਕੀਤੇ ਆਂ ਬੰਦੇ ਦੇ ਪਾਪ ਦੂਰ ਹੋ ਜਾਂਦੇ ਆ ਪਾਪ ਦੂਰ ਹੋ ਜਾਂਦੇ ਆ ਉਹਨਾਂ ਦੇ ਦਰਸ਼ਨ ਇੰਨੇ ਮਹਾਨ ਨੇ ਮੇਰੇ ਗੁਰੂ ਜੀ ਇੰਨੇ ਮਹਾਨ ਨੇ ਜਿਹੜਾ ਉਹਨਾਂ ਦੇ ਦਰਸ਼ਨ ਕਰ ਲੈਂਦਾ ਉਹਦੇ ਪਾਪ ਦੂਰ ਹੋ ਜਾਂਦੇ ਆ ਹਾਂਜੀ ਦੁਹਰਾ ਝੰਡਾ ਰਦੇ ਵਿਚਾਰ ਹੀ ਕੌ ਅਤੀਤ ਸ਼ੁਭ ਹੋਏ ਝੰਡਾ ਨੇ ਆਪਣੇ ਹਿਰਦੇ ਚ ਵਿਚਾਰ ਕੀਤੀ ਵੀ ਇਹ ਬੰਦਾ ਇੰਨੀ ਸਿਫਤ ਕਰਨਦਿਆ ਕੋਈ ਨਾ ਕੋਈ ਸ਼ੁਭ ਪੁਰਸ਼ ਹੋਣਗੇ ਕੋਈ ਨਾ ਕੋਈ ਚੰਗੇ ਪੁਰਸ਼ ਹੋਣਗੇ ਤਾਈਓ ਇਹ ਉਹਨਾਂ ਦੀ ਸਿਫਤ ਇੰਨੀ ਕਰ ਰਿਆ ਹਾਂਜੀ ਆਸਨ ਕਰਨ ਆਇਸ ਦਈ ਸਦਨ ਅੰਗਨਾ ਜੋਏ ਤੇ ਉਹਨੇ ਆਪਣੀ ਪਤਨੀ ਨੂੰ ਆਖਿਆ ਵੀ ਭੋਜਨ ਤਿਆਰ ਕਰ ਖਾਲੀ ਹੱਥ ਨਹੀਂ ਜਾਣਾ ਮਾਹਪੁਰਖ ਆਏ ਪ੍ਰਸ਼ਾਦਾ ਚਖਾਈਏ ਚੱਲ ਕੇ ਭੋਜਨ ਤਿਆਰ ਕਰ ਹਾਂਜੀ ਚੌਪਈ ਇੰਦਰ ਸੈਨ ਨੇ ਜੇ ਸਦਨ ਅਸੇ ਧਾਰਾ ਤੇ ਇੰਦਰਸੈਨ ਜੀ ਆਪਣੇ ਘਰ ਨੂੰ ਚਲੇ ਗਏ ਜੀ ਆਪਣੇ ਘਰ ਨੂੰ ਚਲੇ ਗਏ ਵੀ ਠੀਕ ਇਹਨਾਂ ਦੀ ਵਾਕ ਵੀ ਹੋ ਗਈ ਹੈ ਇੰਦਰਸੈਨ ਆਪਣੇ ਘਰ ਨੂੰ ਚਲੇ ਗਏ ਹਾਂਜੀ ਝੰਡਾ ਉਪਵਨ ਵਿਖੇ ਪਧਾਰਾ ਤੇ ਝੰਡਾ ਉਪਵਨ ਵਿਖੇ ਪਧਾਰਾ ਭਾਈ ਝੰਡਾ ਦੀ ਬਾਗ ਵਿੱਚ ਚਲੇ ਗਏ ਜੀ ਹਾਂਜੀ ਪੁਸ਼ਪ ਮਧੁਰ ਫਲ ਤਹਤੇ ਆਨੇ ਤੇ ਬਾਗ ਵਿੱਚੋਂ ਫੁੱਲ ਤੇ ਫਲ ਤੋੜ ਕੇ ਲੈ ਕੇ ਆਏ ਜੀ ਇਸ ਸਮਤਾ ਕੋ ਜਾਣਾ ਤੇ ਭੇਟਾ ਕਰਾਂਗੇ ਫਲ ਵੀ ਭੇਟਾ ਕਰਾਂਗਾ ਹਾਂਜੀ ਦੇਖ ਬਚਨ ਭਾਖੇ ਮਰਦਾਨੇ ਵੇਖ ਕੇ ਭਾਈ ਮਰਦਾਨਾ ਜੀ ਨੇ ਬਚਨ ਕੀਤੇ ਜੀ ਜਦੋਂ ਫੁੱਲ ਫਲ ਤੋੜ ਕੇ ਲੈ ਕੇ ਆਏ ਨਾ ਤੇ ਭਾਈ ਮਰਦਾਨਾ ਜੀ ਟੰਡੇ ਨੂੰ ਕਹਿਣ ਲੱਗੇ ਹਾਂਜੀ ਹੋਤੋ ਕੌਣ ਆਏ ਜੋ ਮਮ ਸੰਗਾ ਭਾਈ ਮਰਦਾਨਾ ਜੀ ਕਹਿੰਦੇ ਚੰਡਾ ਜੀ ਉਹ ਜਿਹੜਾ ਬੰਦਾ ਮੈਨੂੰ ਇੱਥੇ ਛੱਡ ਕੇ ਗਿਆ ਉਹ ਕੌਣ ਹੈ ਬੜਾ ਚੰਗਾ ਸੀ ਮੈਨੂੰ ਤੁਹਾਡੇ ਨਾਲ ਹੀ ਮਾਈ ਗੁਰੂ ਮੈਨੂੰ ਆਪਣੇ ਨਾਲ ਹੀ ਲੈ ਆਇਆ ਤੁਹਾਡੇ ਘਰ ਵਿੱਚ ਤੇ ਸੁਭਾਅ ਵੀ ਬੜਾ ਵਧੀਆ ਸੀ ਉਹ ਕੌਣ ਹੈ ਹਾਂਜੀ ਸ਼ੁਭ ਸੁਭਾਏ ਜਨ ਰੁਚਿਰ ਅਨੰਗਾ ਹਾਂਜੀ ਮੁਝ ਕੋ ਤੁਮਰੇ ਧਾਮ ਲਿਆਵਾ ਹਾਂਜੀ ਮਧੁਰ ਗिरा ਕਹਿ ਸੁਖ ਉਪਜਾਵਾਂ ਫਿਰ ਬੋਲ ਬੜੇ ਮਿੱਠੇ ਬੋਲ ਬੋਲੇ ਬੋਲ ਰਸ ਵਾਲੇ ਹੋਣ ਜੀ ਬੋਲਾਂ ਚ ਕੋਈ ਰਸ ਹੋਵੇ ਥੋੜਾ ਬਹੁਤਾ ਤੇ ਬੋਲ ਮਿੱਠੇ ਹੋਣ ਸੁਣਨ ਵਾਲੇ ਨੂੰ ਸੁਖ ਮਿਲਦਾ ਜੀ ਤੇ ਬੋਲਾਂ ਚ ਰਸ ਕੋਈ ਨਹੀਂ ਹੈਗਾ ਜੀ ਫਿੱਕੇ ਬੋਲ ਹੈ ਉਹ ਅਸਰ ਨਹੀਂ ਕਰਦੇ ਜੀ ਕਹਿੰਦੇ ਜੀ ਬੜੇ ਰਸ ਵਾਲੇ ਬੋਲ ਬੋਲਦਾ ਸੀ ਬੜੇ ਮਿੱਠੇ ਬੋਲ ਬੋਲਦਾ ਸੀ ਉਹ ਕੌਣ ਹੈ ਹਾਂਜੀ ਝੰਡਾ ਕਹ ਨਗਰ ਨਿਰਪ ਜੋ ਝੰਡਾ ਕਹ ਨਗਰ ਨਿਰਪ ਜੋ ਹੁਣ ਭਾਈ ਝੰਡਾ ਜੀ ਦੱਸ ਦੇ ਗੱਜ ਕਿ ਆਖੋ ਵਾਹਿਗੁਰੂ ਕਹਿੰਦੇ ਭਾਈ ਗੁਰਮੁਖਾ ਸਾਡੇ ਨਗਰ ਦਾ ਜਿਹੜਾ ਰਾਜਾ ਹੈ ਨਾ ਰਾਜਾ ਹਾਂਜੀ ਯਾਂਕੋਮਾਤੁਲ ਲੱਗ ਹੈ ਸੋ ਉਹ ਇਹਦਾ ਮਾਮਾ ਲੱਗਦਾ ਹੈ ਸਾਡੇ ਨਗਰ ਦਾ ਰਾਜਾ ਉਸ ਪੁਰਸ਼ ਦਾ ਮਾਮਾ ਹੈ ਜਿਹੜਾ ਤੈਨੂੰ ਇੱਥੇ ਛੱਡ ਕੇ ਗਿਆ ਇਹ ਸਾਖੀ ਨਾ ਬੜੀ ਲੰਬੀ ਐ ਤੇ ਸਿੱਧੀ ਸਿੱਧੀ ਦਾਸ ਬੇਮਤੀ ਕਰ ਰਿਹਾ ਗੱਲਾਂ ਧਿਆਨ ਵਿੱਚ ਰੱਖਣੀਆਂ ਸਾਰੀਆਂ ਹਾਂਜੀ ਮੁਜਸੋਂ ਪ੍ਰੀਤ ਕਰਹਿ ਅਦਕਾਈ ਤੇ ਮੇਰਾ ਤੇ ਇਹਦਾ ਪਿਆਰ ਬੜਾ ਆਪਸ ਵਿੱਚ ਹੈ ਮੇਰਾ ਤੇ ਇਹਦਾ ਪਿਆਰ ਬੜਾ ਹੈ ਉਂਝੇ ਵੱਡਾ ਬੰਦਾ ਰਾਜੇ ਦਾ ਭਾਣਜਾ ਹੈ ਤੇ ਮੇਰਾ ਇਹਦਾ ਪਿਆਰ ਬੜਾ ਤਾਂ ਇਹ ਮੇਰੇ ਕੋ ਹੁੰਦਾ ਨਹੀਂ ਤੇ ਇਹ ਤੇ ਬਹੁਤ ਅਮੀਰ ਹੈ ਤੇ ਮੈਂ ਗਰੀਬ ਜਿਹਾ ਬੰਦਾ ਹਾਂ ਜੀ ਕਰਤ ਭਗਤ ਹੋਵਤ ਇਕ ਥਾਈ ਭਾਈ ਮਰਦਾਨਾ ਜੀ ਕਹਿੰਦੇ ਵੀ ਤੁਹਾਡਾ ਕੀ ਪਿਆਰ ਹੈ ਆਪਸ ਵਿੱਚ ਜਦ ਕੇ ਆਖੋ ਵਾਹਿਗੁਰੂ ਲਓ ਸੰਗਤ ਦੀ ਇਹੋ ਜਿਹਾ ਪਿਆਰ ਵੀ ਕਿਸੇ ਨਾਲ ਪਾਉਣਾ ਚਾਹੀਦਾ ਹੈ ਬੜੇ ਧਿਆਨ ਨਾਲ ਗੱਲ ਸੁਣਨੀ ਪੋਛਦੇ ਹੈ ਕਹਿੰਦੇ ਤੁਹਾਡਾ ਕੀ ਪਿਆਰ ਹੈ ਤੇ ਫਿਰ ਦੱਸਦੇ ਭਾਈ ਟੰਡਾ ਜੀ ਕਹਿੰਦੇ ਮਰਦਾਨਾ ਜੀ ਸੁਣੋ ਇਹ 인ਦਰਸੈਨ ਤੇ ਕਹਿਣ ਲੱਗੇ ਆਪਣੇ ਬਾਰੇ ਦੱਸਿਆ ਕਹਿੰਦੇ ਅਸੀਂ ਦੋਵੇਂ ਨਾ ਇਕੱਠੇ ਬੈਠ ਕੇ ਭਗਤੀ ਕਰਦੇ ਆਂ ਕਹਿੰਦੇ ਆਹ ਪਿਆਰ ਐ ਆਪਣਾ ਗੱਜ ਕੇ ਆਖੋ ਵਾਹਿਗੁਰੂ ਗੱਜ ਕੇ ਵਾਹਿਗੁਰੂ ਅਸੀਂ ਇਕੱਠੇ ਬੈਠ ਕੇ ਭਗਤੀ ਕਰਦੇ ਸਾਡਾ ਆ ਪਿਆਰ ਐ ਹਾਂਜੀ ਪਰਬ ਕੋ ਸੁਜਸ ਗਾਏ ਕਰ ਪ੍ਰੇਮਾ ਪਰਬ ਕੋ ਸੁਜਸ ਗਾਏ ਕਰ ਪ੍ਰੇਮਾ ਅਸੀਂ ਉਹ ਵਾਹਿਗੁਰੂ ਦਾ ਜਸ ਇਕੱਠੇ ਬਹਿ ਕੇ ਪ੍ਰੇਮ ਨਾਲ ਗਾਉਨੇ ਆਂ ਵੇਖ ਲੋ ਕਿਹਦਾ ਚੋਰਾਂ ਦੇ ਚੋਰ ਯਾਰ ਜਵਾਰੀਆਂ ਦੇ ਜਵਾਰੀ ਯਾਰ ਭਗਤਾਂ ਦੇ ਭਗਤੀ ਯਾਰ ਹੁੰਦੇ ਆਂ ਹਾਂਜੀ ਹਵਾ ਇਕਾਂਤ ਇਹ ਹਮਰੋ ਨੇਮਾ ਹਵਾ ਇਕਾਂਤ ਇਹ ਹਮਰੋ ਨੇਮਾ ਸਾਡਾ ਨੇਮ ਹੈ ਅਸੀਂ ਇਕਾਂਤ ਵਿੱਚ ਦੋਵੇਂ ਬਹਿ ਜਾਂਦੇ ਆਂ ਜਾ ਕੇ ਭਜਨ ਕਰਦੇ ਆਂ ਨਾਮ ਜਪਦੇ ਪਿਆਰਿਓ ਆਪਣੇ ਇਹੋ ਜਿਹੇ ਮਿੱਤਰ ਬਣਾਇਆ ਕਰੋ ਸਾਡੀ ਕੀ ਹੈ ਬਸ ਚਾਰ ਬੰਦੇ ਬਹਿ ਕੇ ਢਾਣੀ ਬਣਾ ਕੇ ਬਹਿ ਜਾਣੀਆਂ ਤੇ ਗੱਲਾਂ ਕਰੀ ਜਾਣੀਆਂ ਜੀ ਇਹੋ ਹੀ ਨੇਮ ਹੈ ਇਹੋ ਜਿਹਾ ਵੀ ਸਾਥੀ ਹੋਣਾ ਚਾਹੀਦਾ ਜਿਹਦੇ ਨਾਲ ਬੈ ਕੇ ਕਹਿਣਾ ਭਾਈ ਤੂੰ ਬੋਲ ਅੱਗੇ ਅੱਗੇ ਵਾਹਿਗੁਰੂ ਤੇ ਮੈਂ ਤੇਰੇ ਪਿੱਛੇ ਪਿੱਛੇ ਵਾਹਿਗੁਰੂ ਬੋਲਾਂਗਾ ਤੇ ਸੱਚ ਦੱਸੋ ਆਪਣਾ ਅਗਾੜੀ ਕੋਈ ਇਹੋ ਜਿਹਿਆ ਕੋਈ ਵਿਰਲਾ ਹੀ ਹੋਏਗਾ ਜੀ ਜਿਨੇ ਇਹੋ ਜਿਹਾ ਸਾਥੀ ਬਣਾਇਆ ਹੋਏਗਾ ਨਹੀਂ ਤਾਂ ਨਹੀਂ ਬਣਾਏ ਜੀ ਆਪਾਂ ਆਪਾਂ ਨਹੀਂ ਬਣਾਏ ਜੀ ਹੋਰ ਕੰਮ ਬੜੇ ਐ ਜੀ ਹੋਰ ਕੰਮ ਬੜੇ ਐ ਤੇ ਜਿਹੜੇ ਸ਼ਰਾਬ ਪੀਂਦੇ ਆ ਉਹਨਾਂ ਦਾ ਚਲੋ ਤੁਸੀਂ ਤੇ ਚੰਗੇ ਹੋ ਵੈਸੇ ਬੇਮਤੀ ਕਰ ਰਹੇ ਆ ਉਹਨਾਂ ਦਾ ਨਹਿਮ ਹੁੰਦਾ ਜੀ ਇਕੱਠੇ ਬੈਠ ਕੇ ਰੋਜ਼ ਆਪਣੇ ਦੋਸਤਾਂ ਨਾਲ ਇੱਕ ਗਲਾਸੀ ਲਾਉਣੀ ਲਾਉਣੀ ਦੀ ਉਹਨਾਂ ਨੇ ਜੀ ਉਹਨਾਂ ਦਾ ਨਹਿਮ ਹੁੰਦਾ ਜੀ ਉਹ ਸ਼ਰਾਬੀ ਆਪਣੀ ਦੋਸਤੀ ਤੇ ਪੱਕੇ ਹੁੰਦੇ ਆ ਪਰ ਮਾਫ ਕਰਿਓ ਉਹਨਾਂ ਸ਼ਰਾਬੀਆਂ ਦੀ ਦੋਸਤੀ ਵੀ ਸ਼ਰਾਬ ਦੇ ਨਸ਼ੇ ਚ ਟੁੱਟ ਸਕਦੀ ਹੈ ਜਦੋਂ ਗੁਰਮੁਖ ਬੈਸ ਹੈ ਸਫਾ ਬਿਸ਼ਾਏ ਹੁੰਦਾ ਨਾ ਫਿਰ ਉਹਨਾਂ ਦੀ ਦੋਸਤੀ ਪੱਕੀ ਹੁੰਦੀ ਹੈ ਮਹਾਰਾ ਕਹਿੰਦੇ ਸੱਚੀ ਬੈਣੀ ਕਿਰੇ ਨਾਲ ਹੈ ਸੱਚੀ ਬੈਸਕ ਤਿਨਾ ਸੰਗ ਜਿਨ ਸੰਗ ਜਪੀਐ ਨਾਉ ਗਦ ਕੇ ਆਖੋ ਵਾਹਿਗੁਰੂ ਸੱਚੀ ਬੈਣੀ ਉਹਨਾਂ ਨਾਲ ਹੀ ਹੈ ਸੰਗਤ ਦੀ ਜਿਨ੍ਹਾਂ ਦੇ ਨਾਲ ਬੈਠ ਕੇ ਨਾਮ ਜਪਿਆ ਜਾਂਦਾ ਹੈ ਕੋਈ ਆਪਣਾ ਦੋਸਤ ਬਣਾਓ ਇਹ ਨਾ ਕੋਈ ਵੇਖੇ ਮੈਂ ਬਜ਼ੁਰਗ ਆ ਮੈਂ ਬੱਚਾ ਮੈਂ ਨੌਜਵਾਨ ਆ ਕੋਈ ਵੀ ਤੁਹਾਡੀ ਉਮਰ ਹੈ ਇੱਕ ਦੋਸਤ ਬਣਾਓ ਜਿਹਦੇ ਨਾਲ ਬੈਠ ਕੇ ਇਕਾਂਤ ਚ ਤੁਸੀਂ ਵੀ ਨਾਮ ਜਪਦੇ ਹੋ ਜੀ ਨਾਮ ਜਪਦੇ ਹੋ ਸਾਥ ਬੜਾ ਅਸਰ ਕਰ ਦਿੰਦਾ ਜੀ ਸਾਥ ਜ਼ਬਰਦਸਤੀ ਬੰਦੇ ਨੂੰ ਚਾਰਜ ਕਰ ਦਿੰਦਾ ਵੀ ਭਾਈ ਮੇਰਾ ਸਾਥੀ ਆ ਗਿਆ ਮੈਂ ਵੀ ਉੱਠਾਂ ਮੈਂ ਵੀ ਉੱਠਾਂ ਐਵੇਂ ਥੋੜੀ ਮਹਾਰਾਜ ਨੇ ਭਾਈ ਮਰਦਾਨੇ ਨੂੰ ਭਾਈ ਟੰਡੇ ਕੋਲ ਭੇਜਿਆ ਕੋਈ ਕਾਰਨ ਹੈ ਹਜੂਰ ਮਹਾਰਾਜ ਸਤੇ ਪਾਤਸ਼ਾਹ ਗਰੀਬ ਨਿਵਾਜ਼ ਜੀ ਨੇ ਤਾਈਓ ਭੇਜਿਆ ਭਾਈ ਟੰਡਾ ਜੀ ਕਹਿੰਦੇ ਮਰਦਾਨਿਆਂ ਅਸੀਂ ਦੋਵੇਂ ਇਕੱਠੇ ਬੈਠ ਕੇ ਤੇ ਰੱਬ ਦੇ ਗੁਣ ਗਾਉਨੇ ਆ ਨਾਮ ਜਪਦੇ ਆ ਸਾਡੀ ਆਸਾਂਜ ਹੈ ਹਾਂਜੀ ਕਰ ਵਿਚਾਰ ਆਤਮ ਅਭਿਆਸਾ ਕਰ ਵਿਚਾਰ ਆਤਮ ਅਭਿਆਸਾ ਅਸੀਂ ਫਿਰ ਆਤਮਾ ਦੀ ਵਿਚਾਰ ਕਰਦੇ ਆਂ ਅਭਿਆਸ ਦੀ ਵਿਚਾਰ ਕਰਦੇ ਆਂ ਗੱਜ ਕੇ ਆਖੋ ਵਾਹਿਗੁਰੂ ਗੁਰਸੇਕ ਬੈਠਣ ਤੇ ਅੱਜ ਕੱਲ ਕੀ ਐ ਸੁਣਾਓ ਜੀ ਨਵੀਂ ਤਾੜੀ ਉਹ ਨਵੀਆਂ ਤਾੜੀਆਂ ਕੀ ਐ ਨਿਹਰਾ ਕੂੜਾ ਹੀ ਐ ਜਿੰਨਾ ਮਰਜ਼ੀ ਇਕੱਠਾ ਕਰੀ ਚੱਲੋ ਸਭ ਕੂੜਾ ਹੀ ਐ ਜਿੰਨਾ ਇਕੱਠਾ ਕਰੀ ਚੱਲੋ ਥਿੰਗ ਕਾਦਾ ਬੀਬੀਆਂ ਕਿਹੜੀਆਂ ਘੱਟ ਨੇ ਬੜੀਆਂ ਸਹੇਲੀਆਂ ਪਾਈਆਂ ਨੇ ਰੋਜ ਦਾ ਵਿਸ਼ਾ ਚੁਗਲੀ ਦਾ ਹੋਏਗਾ ਕਦੀ ਕੋਈ ਕਦੀ ਕੋਈ ਕਦੀ ਕੋਈ ਜਿਹੜੀਆਂ ਗੁਰਮੁਖ ਨੇ ਉਹ ਨਾਮ ਵੀ ਜਪਦੀਆਂ ਨਾਮ ਵੀ ਜਪਦੀਆਂ ਮਿੱਤਰ ਹੋਵੇ ਇਹੋ ਜੇ ਹੋਣ ਕਹਿੰਦੇ ਅਸੀਂ ਆਤਮ ਵਿਚਾਰ ਕਰਦੇ ਆ ਅਭਿਆਸ ਦੀਆਂ ਬਾਤਾਂ ਕਰਦੇ ਆ ਅਭਿਆਸ ਦੀਆਂ ਕਿੰਨਾ ਕ ਨਾਮ ਜਪਣਾ ਚਾਹੀਦਾ ਭਾਈ ਤੂੰ ਕਿੰਨਾ ਕ ਜਪ ਲੈਣਾ ਮੇਰੇ ਕੋ ਮਹਾਰਾਜ ਕਿੰਨਾ ਜਪਾਉਂਦੇ ਆ ਅਸੀਂ ਇਹ ਗੱਲਾਂ ਕਰਦੇ ਆਂ ਹਾਂਜੀ ਔਰ ਮਦ ਬ੍ਰਿਧ ਹੈ ਅਦਿਕ ਹੁਲਾਸਾ ਕਹਿੰਦੇ ਔਰ ਮਦ ਬ੍ਰਿਧ ਹੈ ਅਦਿਕ ਹੁਲਾਸਾ ਕਹਿੰਦੇ ਜਦੋਂ ਅਸੀਂ ਦੋਵੇਂ ਯਾਰ ਆਪਸ ਵਿੱਚ ਮਿਲ ਕੇ ਬਹਿ ਜਾਂਦੇ ਆਂ ਨਾ ਤੇ ਰੱਬ ਦੀਆਂ ਕਰਦੇ ਆਂ ਗੱਲਾਂ ਸਾਡੇ ਦੋਵਾਂ ਦੇ ਹਿਰਦੇ 'ਚ ਆਨੰਦ ਬੜਾ ਵੱਧ ਜਾਂਦਾ ਕਹਿੰਦੇ ਆਨੰਦ ਵੱਧ ਜਾਂਦਾ ਤੁਸੀਂ ਵੇਖਿਓ ਦੋ ਬੰਦੇ ਤਿੰਨ ਚਾਰ ਪੰਜ ਇਕੱਠੇ ਹੋ ਕੇ ਰੱਬ ਦੀਆਂ ਗੱਲਾਂ ਕਰਨੀਆਂ ਸ਼ੁਰੂ ਹੋਜੋ ਤੁਹਾਡੀ ਆਤਮਾ 'ਚ ਸਕੂਨ ਵਧਣਾ ਸ਼ੁਰੂ ਹੋ ਜਾਏਗਾ ਜੀ ਪਰ ਬਹਿ ਜਾਈਏ ਸਾਈਂ ਜੀ ਹੈ ਵਾਹਿਗੁਰੂ ਬਚਾਲੇਂ ਜੀ ਜਿਹੋ ਜਿਹੀਆਂ ਗੱਲਾਂ ਹੁੰਦੀਆਂ ਕਈ ਵਾਰੀ ਲੱਗੇ ਚੁੱਪੋ ਕੇ ਸੁਣਦੇ ਰਹੀਦਾ ਵੀ ਕੀ ਕਰੰਦੇ ਕੀ ਕਰ ਰਹੇ ਇੱਕ ਵਾਰੀ ਨੀ ਕਿਤੇ ਗੱਲਾਂ ਬਾਤਾਂ 'ਚ ਵਾਹਿਗੁਰੂ ਦਾ ਨਾਮ ਲੈਂਦੇ ਇੱਕ ਵਾਰੀ ਵੀ ਕਿਤੇ ਨਾਮ ਲੈ ਲੈਣ ਜੀ ਹਾਂਜੀ ਸੁਨ ਮਰਦਾਨੇ ਬਚਨ ਉਚਾਰੇ ਇਹੋ ਜਿਹੇ ਦੋਸਤ ਪਾਓ ਭਾਈ ਮਰਦਾਨਾ ਜੀ ਬੜੇ ਖੁਸ਼ ਹੋਏ ਸੁਣ ਕੇ ਕਹਿੰਦੇ ਭਾਈ ਤੁਸੀਂ ਤੇ ਬੜੇ ਭਲੇ ਹੋ ਇਕੱਠੇ ਹੋ ਕੇ ਨਾਮ ਜਪਦੇ ਹੋ ਭਾਈ ਮਰਦਾਨਾ ਜੀ ਨੇ ਬਚਨ ਕੀਤਾ ਜੀ ਉਹਨਾਂ ਦਾ ਹਾਂਜੀ ਧਨ ਸੰਤ ਤਮ ਪ੍ਰਭ ਕੇ ਪਿਆਰੇ ਧਨ ਸੰਤ ਤੁਮ ਪ੍ਰਭ ਕੇ ਪਿਆਰੇ ਕਹਿੰਦੇ ਭਾਈ ਧਨ ਜੇ ਤੁਸੀਂ ਰੱਬ ਦੇ ਪਿਆਰੇ ਹੋ ਕਹਿੰਦੇ ਸੰਗਤ ਜੀ ਜਦੋਂ ਇਕੱਲੇ ਬੈ ਕੇ ਮਿਲ ਕੇ ਗੱਲਾਂ ਕਰਦੇ ਰੱਬ ਨਾਲ ਪਿਆਰ ਹੈ ਤੇ ਗੱਲਾਂ ਕਰੰਦੇ ਆ ਨਾ ਜੀ ਰੱਬ ਨਾਲ ਪਿਆਰ ਹੈ ਤੇ ਗੱਲਾਂ ਕਰਦੇ ਆ ਨਾ ਜੀ ਹਾਂਜੀ ਦੋ ਚਾਰ ਇਕੱਠੇ ਹੋ ਜਾਂਦੇ ਆ ਤੇ ਗੱਲਾਂ ਪੁੱਠੀਆਂ ਸ਼ੁਰੂ ਬਥੇਰਾ ਉਹਨਾਂ ਦੇ ਵਿੱਚ ਰੱਬ ਦੇ ਨਾਮ ਦੀ ਗੱਲ ਸ਼ੁਰੂ ਕਰੋ ਫਿਰ ਪੁੱਠੀਆਂ ਹੀ ਸ਼ੁਰੂ ਕਰ ਲੈਂਦੇ ਆ ਭਾਈ ਮਰਦਾਨਾ ਜੀ ਕਹਿੰਦੇ ਧੰਨ ਜੀ ਤੁਸੀਂ ਭਾਈ ਰੱਬ ਦੀ ਗੱਲ ਕਰਦੇ ਹੋ ਰੱਬ ਦੇ ਪਿਆਰੇ ਹੋ ਹਾਂਜੀ ਤਾਰ ਉਸ ਮਤ ਭਗਤ ਮਨ ਰੰਗੇ ਤੁਹਾਡਾ ਮਨ ਜਿਹੜਾ ਉਹ ਤੇ ਭਗਤੀ ਦੇ ਰੰਗ ਵਿੱਚ ਰੰਗਿਆ ਪਿਆ ਕੱਜ ਕੇ ਆਖੋ ਵਾਹਿਗੁਰੂ ਤੁਹਾਡਾ ਮਨ ਤੇ ਭਗਤੀ ਦੇ ਰੰਗ ਵਿੱਚ ਰੰਗਿਆ ਪਿਆ ਤੁਹਾਡਾ ਭਗਤੀ ਕਰਨ ਨੂੰ ਜੀ ਕਰਦਾ ਹਾਂਜੀ ਮਿਲ ਕੇ ਕਰੋ ਸਦਾ ਸਤ ਸੰਗੇ ਜਿਹੜਾ ਮਿਲ ਕੇ ਆਪਸ ਵਿੱਚ ਸਤ ਸੰਗ ਕਰਦੇ ਹੋਂ ਇਹ ਬੜੀ ਚੰਗੀ ਗੱਲ ਹੈ ਬੜੀ ਚੰਗੀ ਗੱਲ ਹੈ ਹਾਂਜੀ ਅਬ ਜੇ ਭਇਓ ਤਿਆਰ ਆਹਾਰਾ ਤੇ ਭਾਈ ਮਰਦਾਨਾ ਜੀ ਕਹਿੰਦੇ ਹੁਣ ਵੇਖੋ ਜੇ ਪ੍ਰਸ਼ਾਦਾ ਤਿਆਰ ਹੋ ਗਿਆ ਤੇ ਲੈ ਚਲਿਏ ਹਾਂਜੀ ਲੈਕਰ ਚਲੋ ਨਾ ਕਰਹੋ ਅਵਾਰਾ ਹੁਣ ਭਾਈ ਦੇਰੀ ਨਾ ਕਰੋ ਜੇ ਪ੍ਰਸ਼ਾਦਾ ਤਿਆਰ ਹੋ ਗਿਆ ਤੇ ਸਤਿਗੁਰੂ ਜੀ ਦੇ ਕੋਲ ਚੱਲੀਏ ਮੇਰੇ ਸਤਿਗੁਰੂ ਜੀ ਕੋਲ ਚੱਲੋ ਹਾਂਜੀ ਸੁਣ ਕਰ ਝੰਡਾ ਭਇਓ ਤਿਆਰਾ ਸੁਣ ਕਰ ਝੰਡਾ ਭਇਓ ਤਿਆਰਾ ਭਾਈ ਝੰਡਾ ਜੀ ਸੁਣ ਕੇ ਤਿਆਰ ਹੋ ਗਏ ਜੀ ਹਾਂਜੀ ਲੈ ਭੋਜਨ ਕੋ ਬਹਿਰ ਆਹ ਪਧਾਰਾ ਤੇ ਭੋਜਨ ਲੈ ਕੇ ਜਿੱਥੇ ਮਹਾਰਾਜ ਸੱਚੇ ਪਾਛੇ ਬੈਠੇ ਆ ਉਸ ਪਾਸੇ ਚਾਲਾ ਪਾਇਆ ਜੀ ਹਾਂਜੀ ਅਸਨ ਚੰਗੇਰ ਸੀਸ ਪਰ ਧਰ ਕੇ ਭੋਜਨ ਜਿਹਦੇ ਤੇ ਸੀ ਪ੍ਰਸ਼ਾਦਾ ਜਿਹਦੇ ਵਿੱਚ ਸੀ ਚੰਗੇਰ ਵਿੱਚ ਉਹ ਭਾਈ ਟੰਡਾ ਜੀ ਨੇ ਆਪਣੇ ਸੀਸ ਤੇ ਰੱਖ ਲਈ ਜੀ ਹਾਂਜੀ ਗਮਨਿਓ ਤਹਕੋ ਅਗਰਜ ਕਰਕੇ ਤੇ ਅਗਰਜ ਕਰਕੇ ਸਾਧ ਸੰਗਤ ਦੀ ਭਾਈ ਮਰਦਾਨਾ ਜੀ ਨੂੰ ਭਾਈ ਟੰਡਾ ਜੀ ਕਹਿੰਦੇ ਵੀ ਤੁਸੀਂ ਮੇਰੇ ਅੱਗੇ ਤੁਰੋ ਕਹਿੰਦੇ ਤੁਸੀਂ ਮੇਰੇ ਅੱਗੇ ਚੱਲੋ ਭਾਈ ਟੰਡਾ ਜੀ ਨੂੰ ਮਰਦਾਨਾ ਜੀ ਕਹਿੰਦੇ ਨਹੀਂ ਮਹਾਰਾਜ ਭਾਈ ਟੰਡਾ ਜੀ ਤੁਸੀਂ ਵੱਡੇ ਹੋ ਇਸ ਨਗਰ ਦੇ ਮੈਨੂੰ ਕੀ ਪਤਾ ਰਾਹ ਦਾ ਕਹਿੰਦੇ ਰਾਤ ਤੁਹਾਨੂੰ ਮੈਂ ਦੱਸੀ ਜਾਉ ਪਰ ਤੁਸੀਂ ਅੱਗੇ ਚੱਲੋ ਕਹਿੰਦੇ ਕਿਉਂ ਭਾਈ ਢੰਡਾ ਜੀ ਕਹਿੰਦੇ ਜਿੰਨੇ ਮਹਾਂਪੁਰਖ ਦੇ ਦਰਸ਼ਨ ਕਰਾਉਣੇ ਹੋਣ ਉਹ ਅੱਗੇ ਹੀ ਚੱਲਦਾ ਹਮੇਸ਼ਾ ਭਾਈ ਮਰਦਾਨੇ ਮੈਂ ਤੇਰਾ ਵੀ ਸਤਕਾਰ ਕਰਦਾ ਹਾਂ ਤੂੰ ਮੈਨੂੰ ਇੱਕ ਸੰਤ ਗੁਰਮੁਖ ਦੇ ਕੋਲ ਲੈ ਕੇ ਜਾਣਾ ਹਾਂਜੀ ਮਾਰਗ ਮਹਿ ਤਬ ਬੂਝਨ ਲਾਗਾ ਤੇ ਰਸਤੇ ਵਿੱਚ ਨਾ ਭਾਈ ਢੰਡਾ ਜੀ ਮਰਦਾਨਾ ਜੀ ਨੂੰ ਪੁੱਛਣ ਲੱਗਾ ਹੁਣ ਮਰਦਾਨਾ ਜੀ ਅੱਗੇ ਅੱਗੇ ਤੇ ਝੰਡਾ ਜੀ ਨੇ ਚੰਗੇਰ ਰੱਖੀ ਸਿਰ ਤੇ ਝੰਡਾ ਜੀ ਪਿੱਛੇ ਪਿੱਛੇ ਹੈ ਹਾਂਜੀ ਕਹਿ ਬੋਲੀ ਸੋ ਇਨ ਅਨੁਰਾਗਾ ਕਹਿ ਬੋਲੀ ਸੋ ਇਨ ਅਨੁਰਾਗਾ ਕਹਿੰਦੇ ਭਾਈ ਮਰਦਾਨੇ ਤੂੰ ਉਹਨਾਂ ਮਹਾਪੁਰਖਾਂ ਦਾ ਸੇਵਕ ਹੈ ਤੇ ਮੈਨੂੰ ਦੱਸ ਵੀ ਉਹ ਕਿਹੜੀ ਬੋਲੀ ਨਾਲ ਜ਼ਿਆਦਾ ਪਿਆਰ ਕਰਦੇ ਹੈ ਮੈਂ ਉਹਨਾਂ ਨੂੰ ਕੀ ਬੋਲਾਂ ਨਮਸਕਾਰ ਕਰਾਂ ਪੈਰੀ ਪਵਣਾ ਆਖਾਂ ਕੀ ਆਖਾਂ ਹਾਂਜੀ ਸੁਣ ਕਰ ਬੈਨ ਭਨੇ ਮਰਦਾਨੇ ਭਾਈ ਮਰਦਾਨਾ ਜੀ ਨੇ ਗੱਲ ਧਿਆਨ ਨਾਲ ਸੁਣੀ ਤੇ ਭਾਈ ਮਰਦਾਨਾ ਜੀ ਅੱਗੋਂ ਇਹ ਕਹਿਣ ਲੱਗੇ ਹਾਂਜੀ ਕਰਹੁ ਨਾਮ ਕਰਤਾਰ ਬਖਾਨੇ ਕਹਿੰਦੇ ਭਾਈ ਟੰਡਾ ਜੀ ਜਦੋਂ ਗੁਰੂ ਜੀ ਦੇ ਸਾਹਮਣੇ ਜਾਓਗੇ ਨਾ ਤੇ ਉਹਨਾਂ ਨੂੰ ਹੱਥ ਜੋੜ ਕੇ ਆਖਿਓ ਸਤ ਕਰਤਾਰ ਆਖੋ ਸਾਰੇ ਕਹਿੰਦੇ ਉਹਨਾਂ ਨੂੰ ਹੱਥ ਜੋੜ ਕੇ ਸਤ ਕਰਤਾਰ ਆਖਿਓ ਇਹ ਸਤ ਕਰਤਾਰ ਕੋਈ ਵੱਖਰਾ ਸ਼ਬਦ ਨਹੀਂ ਮੈਂ ਬੇਨਤੀ ਕਰਦਿਆਂ ਜਿਹੜਾ ਆਪਾਂ ਕਹਿੰਦੇ ਆ ਨਾ ਸਤ ਸ੍ਰੀ ਅਕਾਲ ਇਹ ਉਹੀ ਸਤ ਕਰਤਾਰ ਹੈ ਕਰਤਾਰ ਹੋਵੇ ਅਕਾਲ ਹੋਵੇ ਵਾਹਿਗੁਰੂ ਹੋਵੇ ਬਾਤ ਇਹ ਕੀ ਹੈ ਅਕਾਲ ਨੂੰ ਕੀ ਕਹਿੰਦੇ ਆ ਸਤ ਸ੍ਰੀ ਅਕਾਲ ਤੇ ਇੱਥੇ ਕਹਿ ਰਹੇ ਆ ਸਤ ਕਰਤਾਰ ਬਾਤ ਤੇ ਕੋਈ ਹੈ ਜੇ ਬਾਤ ਇੱਕੋ ਹੀ ਹੈ ਤੇ ਹੁਣ ਜੇ ਕੋਈ ਆ ਕੇ ਵੈਸੇ ਹੀ ਕਹਿ ਦੇ ਉੰਜ ਤਾਂ ਫਤਿਹ ਬੁਲਾਉਣ ਦਾ ਹੁਕਮ ਹੈ ਪਰ ਜੇ ਕੋਈ ਵੈਸੇ ਕਹਿ ਦੇ ਜੀ ਸਤ ਕਰਤਾਰ ਉਹਨੇ ਕਹਿਣਾ ਨਵਾਂ ਪੰਥ ਆ ਗਿਆ ਕੋਈ हट ਕੇ ਆ ਕੋ ਵਾਹਿਗੁਰੂ ਇਹ ਤਾਂ ਨਵੇਂ ਪੰਥ ਦਾ ਕੋਈ ਬੰਦਾ ਲੱਗਦਾ ਨਵੇਂ ਦਾ ਨਹੀਂ ਹੈ ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਸਤ ਕਰਤਾਰ ਕਹਿੰਦੇ ਹੁੰਦੇ ਸੀ ਭਾਬ ਕੋਈ ਮਿਲੇ ਨਾਮ ਵਾਹਿਗੁਰੂ ਦਾ ਲੈਣਾ ਪਰਮੇਸ਼ਰ ਦਾ ਨਾਮ ਲੈਣਾ ਦੋ ਬੰਦੇ ਮਿਲਦੇ ਆ ਉਹਨਾਂ ਦੀਆਂ ਗੱਲਾਂ ਬਾਅਦ ਵਿੱਚ ਸ਼ੁਰੂ ਹੋਣ ਪਹਿਲਾਂ ਦੋਵੇਂ ਮਿਲ ਕੇ ਕਰਤਾਰ ਨੂੰ ਚੇਤੇ ਕਰਨਾ ਇਹ ਇਸ ਕਰਕੇ ਆਪਾਂ ਕੀ ਕਹਿੰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਆਪਾਂ ਫਤਿਹ ਬੁਲਾ ਦਿੰਨੇ ਆ ਫਤਿਹ ਬੁਲਾ ਦਿੰਨੇ ਭਾਈ ਮਰਦਾਨਾ ਜੀ ਕਹਿੰਦੇ ਢੰਡਾ ਜੀ ਗੁਰੂ ਜੀ ਦੇ ਕੋਲ ਜਾ ਕੇ ਹੱਥ ਜੋੜ ਕੇ ਆਖਿਓ ਸਤ ਕਰਤਾਰ ਹਾਂਜੀ ਜਹ ਵੈਸੇ 베ਦੀ ਕੁਲ ਦੀਪਾ ਕਹਿਤ ਪਰਸ ਪਰ ਗਏ ਸਮੀਪਾ ਜਿੱਥੇ 베ਦੀ ਕੁਲ ਦੀਪਕ ਸੱਚੇ ਪਾਤਸ਼ਾਹ ਧੰਗੁਰੂ ਨਾਨਕ ਸਹਿਬ ਮਹਾਰਾਜ ਬੈਠੇ ਸਨ ਉਥੇ ਸਾਧ ਸੰਗਤ ਜੀ ਪਹੁੰਚ ਗਏ ਭਾਈ ਝੰਡਾ ਜੀ ਤੇ ਭਾਈ ਮਰਦਾਨਾ ਜੀ ਹਾਂਜੀ ਦੋਹਰਾ ਸ੍ਰੀ ਕਰਤਾਰ ਕਰਤਾਰ ਜੀ ਉਚਰਿਓ ਝੰਡੇ ਜਾਏ ਤੇ ਚੰਗੇਰ ਰੱਖ ਕੇ ਨਾ ਭਾਈ ਝੰਡਾ ਗੁਰਮੁਖ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਕੇ ਪੈ ਗਈ ਠੰਡ ਕਹਿੰਦੇ ਸਤ ਕਰਤਾਰ ਸਤ ਕਰਤਾਰ ਸਤ ਕਰਤਾਰ ਜਾ ਕੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਇਸ ਤਰ੍ਹਾਂ ਆਖਿਆ ਤਰ ਅਹਾਰ ਆਗੈ ਰੁਚਿਰ ਟਿਗ ਬੈਸਿਓ ਹਰ ਖਾਏ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਲਾਗੇ ਬੈਠ ਗਏ ਮਹਾਰਾਜ ਨੇ ਨੇਤਰ ਬੰਦ ਕੀਤੇ ਸਨ ਖੋਲੇ ਮਹਾਰਾਜ ਨੇ ਨੇਤਰ ਆਪਣੇ ਹਾਂਜੀ ਸ੍ਰੀ ਨਾਨਕ ਭੂਜਨ ਕਰਿਓ ਝੰਡੇ ਸੁਣੀਏ ਸ਼ਰੋਣ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ਼ ਕਹਿਣ ਲੱਗੇ ਭਾਈ ਝੰਡੇ ਸਾਡੀ ਗੱਲ ਸੁਣਾ ਹਾਂਜੀ कहते आन्यों असਨ ਕੋ ਕਾਜ ਤੁਮਾਰੋ ਕੌਣ ਮਹਾਰਜ ਕਹਿੰਦੇ ਛੰਡੇ ਤੂੰ ਭੋਜਨ ਕਿਉਂ ਲੈ ਕੇ ਆਇਆ ਸਾਡੇ ਵਾਸਤੇ ਕੀ ਕੰਮ ਹੈ ਗੱਜ ਕੇ ਆਖੋ ਵਾਹਿਗੁਰੂ ਇਹਨੂੰ ਕਹਿੰਦੇ ਪਰਖਣਾ ਵੀ ਭਾਵਨਾ ਕੀ ਹੈ ਪਿੱਛੇ ਸਾਨੂੰ ਪ੍ਰਸ਼ਾਦਾ ਸਿਖਾਉਂਦੇ ਨਹੀਂ ਤੇਨੂੰ ਕੀ ਲੋੜ ਹੈ ਸਾਨੂੰ ਪ੍ਰਸ਼ਾਦਾ ਸਿਖਾਉਣ ਦੀ ਭਾਵਨਾ ਕੀ ਹੈ ਪ੍ਰਸ਼ਾਦਾ ਸਿਖਾਉਣ ਦੀ ਮਤਲਬ ਕੀ ਹੈ ਪਿੱਛੇ ਮਾਰਾ ਕਹਿੰਦੇ ਕੀ ਕੰਮ ਹੈ ਸਾਡੇ ਨਾਲ ਜਿਹੜਾ ਪ੍ਰਸ਼ਾਦਾ ਲੈ ਕੇ ਆਏ ਹੋ ਹਾਂਜੀ ਪਰਮੇਸ਼ਰ ਭੇਜਾ ਤੁਮੈਂ ਕਰ ਆਨਿਓ ਮੈਂ ਪਾਸ ਤੇ ਭਾਈ ਢੰਡਾ ਜੀ ਕਹਿਣ ਲੱਗੇ ਪਰਮੇਸ਼ਰ ਭੇਜਾ ਤੁਮੈਂ ਕਹਿੰਦੇ ਮਹਾਰਾਜ ਤੁਹਾਨੂੰ ਮੇਰੇ ਕੋਲ ਰੱਬ ਨੇ ਭੇਜਿਆ ਹੈ ਰੱਬ ਨੇ ਭੇਜਿਆ ਹੈ ਹਾਂਜੀ ਅਸਨ ਅਸਹੋ ਅਬ ਸੰਤ ਜੀ ਪੂਰਨ ਕੀਜੈ ਆਸ ਤੁਹਾਨੂੰ ਮੇਰੇ ਕੋ ਪਰਮੇਸ਼ਰ ਨੇ ਭੇਜਿਆ ਰੱਬ ਨੇ ਭੇਜਿਆ ਤੇ ਇਸ ਕਰਕੇ ਮੈਂ ਤੁਹਾਡੇ ਵਾਸਤੇ ਪ੍ਰਸ਼ਾਦਾ ਤਿਆਰ ਕਰਕੇ ਲੈ ਕੇ ਆਇਆ ਸੰਤ ਜੀ ਅਸਨ ਅਚੋ ਪ੍ਰਸ਼ਾਦਾ ਛਕੋ ਕਹਿੰਦੇ ਹਾਂਜੀ ਚੌਪਈ ਸੁਨਿ ਸ਼੍ਰੀ ਮੁਖਤੇ ਬਚਨ ਬਖਾਨੇ ਪਰਮੇਸ਼ਰ ਕੋ ਸਖੋ ਪਛਾਨੇ ਗੱਜ ਕੇ ਆਖੋ ਵਾਹਿਗੁਰੂ ਜਦੋਂ ਉਹਨੇ ਆਖਿਆ ਨਾ ਵੀ ਮੈਨੂੰ ਰੱਬ ਤੁਹਾਨੂੰ ਰੱਬ ਨੇ ਭੇਜਿਆ ਮੇਰੇ ਕੋਲ ਮਾਰ ਕਹਿੰਦੇ ਤੂੰ ਰੱਬ ਨੂੰ ਜਾਣਦਾ ਹੈ ਤੂੰ ਪਰਮੇਸ਼ਰ ਨੂੰ ਪਛਾਣਦਾ ਹੁਣ ਸੰਗਤ ਜੀ ਆਪਾਂ ਜਿੰਨੇ ਬੈਠੇ ਆ ਜਿੰਨੇ ਬੈਠੇ ਆ ਇੱਕ ਵਾਰੀ ਗੱਜ ਕੇ ਆਖੋ ਵਾਹਿਗੁਰੂ ਸਾਨੂੰ ਕੋਈ ਆਖੇ ਵੀ ਰੱਬ ਨੂੰ ਜਾਣਦੇ ਹੋ ਰੱਬ ਵੇਖਿਆ ਕਦੀ ਕਹੋ ਜੇ ਤੇ ਜਵਾਬ ਆਪਣੇ ਕੋਈ ਠੋਸ ਨਹੀਂ ਆਉਣਾ ਜੀ ਕੋਈ ਠੋਸ ਨਹੀਂ ਜਵਾਬ ਆਉਣਾ ਮਹਾਰਾਜ ਕਹਿੰਦੇ ਝੰਡੇ ਤੂੰ ਆਖਦਾ ਰੱਬ ਨੇ ਸਾਨੂੰ ਤੇਰੇ ਕੋਲ ਭੇਜਿਆ ਤੂੰ ਰੱਬ ਨੂੰ ਵੇਖਿਆ ਰੱਬ ਨੂੰ ਜਾਣਦਾ ਪਰਮੇਸ਼ਰ ਨੂੰ ਹਾਂਜੀ ਜੈ ਕੋ ਮਨ ਜਨ ਖੋਜਨ ਕਰਹੀ ਨੇਤ ਨੇਤ ਮੁਖ ਬਹੁਰ ਉਚਰਹੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੱਡੇ ਵੱਡੇ मुਨੀ ਵੱਡੇ ਵੱਡੇ ਸੰਤ ਸਾਧੂ ਬੇਦ ਸਾਰੇ ਰੱਬ ਨੂੰ ਹੀ ਲੱਭ ਰਹੇ ਮਹਾਰਾ ਕਹਿੰਦੇ ਤੈਨੂੰ ਲੱਭ ਲਿਆ ਲਗਦਾ ਸਾਰੇ ਪਰਮੇਸ਼ਰ ਨੂੰ ਲੱਭ ਰਹੇ ਉਹਦੀ ਪ੍ਰਾਪਤੀ ਕਰਨਾ ਚਾਹੁੰਦੇ ਐ ਹਾਂਜੀ ਸੁਨੋ ਸੰਤ ਜੀ ਮਿਲ ਗੁਣ ਗਾਵਹਿ ਤੇ ਆਗੋਂ ਭਾਈ ਢੰਡਾ ਜੀ ਕਹਿੰਦੇ ਕਹਿੰਦੇ ਸੰਤ ਜੀ ਹੁਣ ਮੇਰੀ ਵੀ ਗੱਲ ਸੁਣ ਲਓ ਹਾਂਜੀ ਖੋਜਨ ਹਿਤ ਅਬਿਲਾਖ ਵਧਾਵਹਿ ਮੈਂ ਆਪਣੇ ਦੋਸਤ ਮਿੱਤਰ ਨਾਲ ਮਿਲ ਕੇ ਅਸੀਂ ਰੱਬ ਦੇ ਗੁਣ ਗਉਨੇ ਆ ਤਾਂ ਕਿ ਰੱਬ ਸਾਨੂੰ ਮਿਲ ਸਕੇ ਗੱਜ ਕੇ ਆਖੋ ਵਾਹਿਗੁਰੂ ਰੱਬ ਸਾਨੂੰ ਮਿਲ ਸਕੇ ਰੱਬ ਸਾਨੂੰ ਮਿਲ ਜਾਵੇ ਅਸੀਂ ਇਸ ਕਰਕੇ ਬੈਠ ਕੇ ਰੱਬ ਦੇ ਗੁਣ ਗਉਨੇ ਆ ਸੰਗਤ ਜੀ ਆਪਣੇ ਤੋਂ ਜਿੰਨੇ ਬੈਠੇ ਆ ਮਾਫ ਕਰਿਓ ਕਿਹਨੂੰ ਕਥਾ ਸੁਣ ਕੇ ਸੁੱਖ ਮਿਲਦਾ ਹੋਵੇਗਾ ਕੋਈ ਕੇਹੇ ਸਵਾਰਥ ਕਰਕੇ ਗੁਰੂ ਦੀ ਝੂਰੀ ਚ ਬੈਠਾ ਹੋਵੇਗਾ ਪਰ ਆਪਣੇ ਚ ਕੋਈ ਵਿਰਲਾ ਹੋਊਗਾ ਜਿਹੜਾ ਰੱਬ ਨੂੰ ਮਿਲਣਾ ਚਾਹੁੰਦਾ ਹੋਵੇਗਾ ਜੀ ਰੱਬ ਨੂੰ ਮਿਲਣਾ ਚਾਹੁੰਦਾ ਹੋਵੇਗਾ ਕੋਈ ਵਿਰਲਾ ਹੋਏਗਾ ਜੀ ਨਹੀਂ ਤੇ ਰੱਬ ਨਾ ਨਿਵਾਸਤਾ ਹੈਗਾ ਜੀ ਸੁੱਖਾਂ ਸਾਧਨਾ ਨਾ ਵਾਸਤਾ ਹੈਗਾ ਏਸ ਮੰਗ ਨਾ ਕੋਈ ਵਾਸਤਾ ਨਹੀਂ ਹੈਗਾ ਜੀ ਮਹਾਰਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਪੁੱਛ ਰਿਹਾ ਹੈ ਮਹਾਰਾਜ ਕਹਿੰਦੇ ਉਹਨੂੰ ਵੱਡੇ ਵੱਡੇ ਲੱਭਦੇ ਫਿਰਦੇ ਐ ਭਾਈ ਚੰਡਾ ਜੀ ਕਹਿੰਦੇ ਅਸੀਂ ਵੀ ਲੱਭ ਰਹੇ ਆ ਜੀ ਅਸੀਂ ਵੀ ਲੱਭ ਰਹੇ ਆ ਕਹਿੰਦੇ ਫਿਰ ਲੱਭਣ ਵਾਸਤੇ ਕੀ ਕਰਦੇ ਆਓ ਕਹਿੰਦੇ ਮਹਾਰਾਜ ਉਹਦੇ ਗੁਣ ਗਾਉਨੇ ਆ ਹਾਂਜੀ ਹਮਕੋ ਮਿਲਹੇ ਜਬਹੇ ਗੁਰਪੂਰਾ ਆਹ ਗੱਲ ਬੜੇ ਕਮਾਲ ਦੀ ਚ ਸੁਣੋ ਧਿਆਨ ਨਾਲ ਹਾਂਜੀ ਸੋ ਲਖਵਾਏ ਆਤਮਾ ਰੂਰਾ ਸੋ ਲਖਵਾਏ ਆਤਮਾ ਰੂਰਾ ਕਹਿੰਦੇ ਸੰਤ ਜੀ ਜਦੋਂ ਸਾਨੂੰ ਵੀ ਗੁਰੂ ਮਿਲਪੂ ਸਾਡਾ ਗੁਰੂ ਵੀ ਸਾਨੂੰ ਰੱਬ ਵਿਖਾ ਦੇਗਾ ਕਹਿੰਦੇ ਕਹਿੰਦੇ ਗੁਰੂ ਵਿਖਾਉਂਦਾ ਰੱਬ ਤੇ ਸਾਨੂੰ ਗੁਰੂ ਨਹੀਂ ਮਿਲਿਆ ਸਾਨੂੰ ਗੁਰੂ ਨਹੀਂ ਮਿਲਿਆ ਹੁਣ ਜੇ ਨਹੀਂ ਪਤਾ ਵੀ ਭਲਿਓ ਤੁਹਾਡੇ ਕਰਕੇ ਤੇ ਬਸ਼ੀਹਰਪੁਰ ਚ ਮਾਰਾ ਜਾਏ ਐ ਤੁਹਾਡਾ ਹੀ ਤੇ ਭਲਾ ਕਰਨ ਵਾਸਤੇ ਆਏ ਆ ਕਹਿੰਦੇ ਜੀ ਅਜੇ ਤੱਕ ਸਾਨੂੰ ਗੁਰੂ ਨਹੀਂ ਮਿਲਿਆ ਹਾਂਜੀ ਸ੍ਰੀ ਨਾਨਕ ਤਬ ਬਚਨ ਉਚਾਰਾ ਕਿਹ ਕੀ ਸੰਗਤ ਮੇਲ ਤੁਮਾਰਾ ਮਹਾਰਾਜ ਕਹਿੰਦੇ ਜੇ ਗੁਰੂ ਨਹੀਂ ਮਿਲਿਆ ਤੇ ਕਿਹਦੀ ਸੰਗਤ ਕਰਦੇ ਹੋ ਸੰਗਤ ਕਿਹਦੀ ਕਰਦੇ ਹੋ ਫਿਰ ਹਾਂਜੀ ਝੰਡਾ ਕਹ ਪੂਪ ਪਗ ਨਹੀਂ ਸੁੱਤ ਤੇ ਫਿਰ ਝੰਡੇ ਨੇ ਆਖਿਆ ਭਾਈ ਝੰਡਾ ਜੀ ਨੇ ਮਹਾਰਾਜ ਇਸ ਨਗਰ ਦੇ ਰਾਜੇ ਦੀ ਭੈਣ ਦਾ ਪੁੱਤਰ ਜਿਹੜਾ ਹੈ ਨਾ ਇੰਦਰਸੈਨ ਹੈ ਉਹਦਾ ਨਾਮ ਹਾਂਜੀ ਭਗਤ ਕਰਹਿ ਮਿਲ ਕੇ ਤਹ ਸੰਜੁਤ ਉਹ ਵੀ ਰੱਬ ਨੂੰ ਮਿਲਣਾ ਚਾਹੁੰਦਾ ਤੇ ਮੈਂ ਵੀ ਰੱਬ ਨੂੰ ਮਿਲਣਾ ਚਾਹੁੰਦਾ ਇੰਦਰਸੈਨ ਵੀ ਰੱਬ ਨੂੰ ਮਿਲਣਾ ਚਾਹੁੰਦਾ ਮੈਂ ਵੀ ਰੱਬ ਨੂੰ ਮਿਲਣਾ ਚਾਹੁੰਦਾ ਅਸੀਂ ਦੋਵੇਂ ਇਕੱਠੇ ਬੈਠ ਕੇ ਰੱਬ ਦੇ ਗੁਣ ਗਾਉਨੇ ਆ ਕੱਟ ਕੇ ਆਖੋ ਵਾਹਿਗੁਰੂ ਪਰ ਪਰਮੇਸ਼ਰ ਦੀ ਪ੍ਰਾਪਤੀ ਬਿਨਾ ਗੁਰੂ ਤੋਂ ਨਹੀਂ ਹੋ ਸਕਦੀ ਸੰਗਤ ਜੀ ਬਿਨਾ ਗੁਰੂ ਤੋਂ ਨਹੀਂ ਹੋ ਸਕਦੀ ਗੁਰੂ ਚਾਹੀਦਾ ਹੀ ਚਾਹੀਦਾ ਗੁਰੂ ਲਾਜ ਵੀ ਹੈ ਹਾਂ ਜੀ ਸ੍ਰੀ ਗੁਰਪਨਾ ਅਸਨ ਸੋ ਆਨਾ ਮਹਾਰਾਜ ਕਹਿੰਦੇ ਅੱਛਾ ਕਹਿੰਦੇ ਜੀ ਮਹਾਰਾਜ ਮਹਾਰਾਜ ਕਹਿੰਦੇ ਢੰਡੇ ਫਿਰ ਇੱਕ ਕੰਮ ਕਰ ਜਿਹੜਾ ਤੂੰ ਪ੍ਰਸ਼ਾਦਾ ਲੈ ਕੇ ਆਇਆ ਹਾਂ ਜੀ ਜਾਂਕੋ ਕਰਹੁ ਪੰਚ ਇਸਥਾਨਾ ਇਹਦੇ ਪੰਜ ਭਾਗ ਕਰਦੇ ਮਹਾਰਜ ਕਹਿੰਦੇ ਇਸ ਭੋਜਨ ਦੇ ਪੰਜ ਭਾਗ ਕਰਦੇ ਹਾਂਜੀ ਏਕ ਭਾਗ ਕੋ ਅਸਨ ਜੋ ਹੋਏ ਇੱਕ ਭਾਗ ਹੈ ਜਿਹੜਾ ਪ੍ਰਸ਼ਾਦੇ ਦਾ ਹਾਂਜੀ ਮਰਦਾਨੇ ਕੋ ਦੀਜਹਿ ਸੋਏ ਉਹ ਭਾਈ ਮਰਦਾਨੇ ਨੂੰ ਦੇ ਦੇ ਭਾਈ ਮਰਦਾਨੇ ਨੂੰ ਭੁੱਖ ਲੱਗੀ ਸ਼ੱਕ ਲੈਣ ਮਹਾਰਜ ਕਹਿੰਦੇ ਹਾਂਜੀ ਚੌਪਈ ਇੰਦਰਸੈਨ ਕੋਲੇ ਹੁ ਬੁਲਾਈ ਬਾਕੀ ਉਸੇ ਹੀ ਦੋਸਤ ਨੂੰ ਮਿੱਤਰ ਨੂੰ ਬੁਲਾ ਕੇ ਲੈ ਕੇ ਆ ਜਿਹਰੇ ਨਾਲ ਬੈਠ ਕੇ ਤੂੰ ਭਜਨ ਕਰਦਾ ਹੈ ਸੰਗਤ ਜੀ ਬਹੁਤ ਜ਼ਰੂਰੀ ਹੈ ਗੁਰਮੁਖ ਦੀ ਸੰਗਤ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਜ਼ਿੰਦਗੀ ਚ ਕੋਈ ਨਾ ਕੋਈ ਐਸਾ ਗੁਰਮੁਖ ਜ਼ਰੂਰ ਸਾਥੀ ਹੋਣਾ ਚਾਹੀਦਾ ਜਿਹਰੇ ਨਾਲ ਬੈਠ ਕੇ ਭਗਤੀ ਕਰ ਸਕਦੇ ਹੋਈਏ ਜੀ ਹਾਂਜੀ ਬੰਦਾ ਬਾਜ਼ਾਰ ਜਾਂਦਾ ਅੱਜ ਕੱਲ ਤੇ ਟ੍ਰੈਂਡ ਹੀ ਆ ਜੀ ਨੌਜਵਾਨ ਬੱਚਿਆਂ ਦਾ ਇਕੱਲੇ ਕੀ ਜਾਣਾ ਕੋਈ ਸਾਥੀ ਲੈ ਚੱਲਿਆ ਹਾਂਜੀ ਤੇ ਨੌਜਵਾਨ ਕੀ ਬਜ਼ੁਰਗਾਂ ਵੀ ਸਾਥੀ ਬੜੇ ਪੱਕੇ ਰੱਖੇ ਆ ਚੰਗੀ ਗੱਲ ਰੱਖਣੇ ਚਾਹੀਦੇ ਬਜ਼ੁਰਗਾਂ ਦੇ ਵੀ ਸਾਥੀ ਹੁੰਦੇ ਆ ਪੱਕੇ ਹਾਂਜੀ ਵੇਖੀਦਾ ਦੋ ਦੋ ਬਜ਼ੁਰਗਾਂ ਦੀਆਂ ਜੋੜੀਆਂ ਇਕੱਠੀਆਂ ਸੈਰ ਨੂੰ ਜਾਂਦੀਆਂ ਮੈਂ ਬੜੀ ਅਧੀ ਵੇਖੀਆਂ ਜੀ ਬੜੀ ਅਧੀ ਦੇਖੀਆਂ ਜੀ ਸਾਥੀ ਰੱਖੇ ਹੁੰਦੇ ਆ ਤੇ ਸਾਥ ਸੰਗਤ ਜੀ ਜਿਵੇਂ ਉਹਨਾਂ ਸਾਥੀ ਰੱਖੇ ਉਹਵੇਂ ਆਪਾਂ ਵੀ ਰਖਣੇ ਆਪਾਂ ਵੀ ਰਖਣੇ ਆ ਸੰਗਤ ਹੀ ਸਾਥੀ ਬਣ ਜਾਂਦੀ ਆਪਣੀ ਸਾਰਿਆਂ ਦੀ ਗੱਜ ਕੇ ਆਖੋ ਵਾਹਿਗੁਰੂ ਇਕੱਠੇ ਬੈਠ ਕੇ ਵਾਹਿਗੁਰੂ ਬੋਲਦੇ ਹੋ ਮਹਾਰਾਜ ਦੀ ਕਥਾ ਸੁਣਦੇ ਹੋ ਇਹ ਸਾਥੀ ਆਪਾਂ ਇੱਕ ਦੂਜੇ ਦੇ ਸਾਰੇ ਤੇ ਜੇ ਇੱਕ ਨੂੰ ਵੀ ਗੁਰੂ ਮਿਲਣਾ ਨਾ ਜੀ ਇੱਕ ਤੇ ਵੀ ਕਿਰਪਾ ਹੋਣੀ ਹੈ ਤੇ ਫਾਇਦਾ ਸਾਰਿਆਂ ਨੂੰ ਹੀ ਹੋ ਜਾਣਾ ਹੈ ਫਾਇਦਾ ਸਾਰਿਆਂ ਨੂੰ ਹੋ ਜਾਣਾ ਵੇ ਲੋ ਇੰਦਰ ਸਿੰਘ ਨੂੰ ਫਾਇਦਾ ਹੋ ਜਾਣਾ ਮਹਾਰਾ ਕਹਿੰਦੇ ਅੱਛਾ ਮਹਾਰਾ ਕਹਿੰਦੇ ਜਾਓ ਫਿਰ ਇੰਦਰ ਸਿੰਘ ਨੂੰ ਵੀ ਸੱਦ ਕੇ ਲੈ ਕੇ ਆਓ ਹਾਂਜੀ ਭੋਜਨ ਪੁੰਨ ਤੁਮਾਰ ਹਮ ਖਾਈ ਮਹਾਰਾ ਕਹਿੰਦੇ ਫੇਰੀ ਤੇਰਾ ਭੋਜਨ ਸ਼ਕਾਂਗੇ ਹਾਂਜੀ ਆਇਸ ਕੁਮਾਨ ਕੀਨ ਪੰਜ ਭਾਗਾ ਤੇ ਆਗਿਆ ਮੰਨ ਕੇ ਭਾਈ ਝੰਡੇ ਨੇ ਉਸ ਪ੍ਰਸ਼ਾਦੇ ਨੂੰ ਪੰਜ ਹਿੱਸਿਆਂ ਚ ਵੰਡ ਦਿੱਤਾ ਜੀ ਹਾਂਜੀ ਏਕ ਭਾਗ ਦੇਵਨ ਤਬ ਲਗਾ ਏਕ ਭਾਗ ਭਾਈ ਮਰਦਾਨਾ ਜੀ ਨੂੰ ਦੇਣ ਲੱਗੇ ਵੀ ਲਓ ਮਰਦਾਨਾ ਜੀ ਛਕ ਲੋ ਹਾਂਜੀ ਦੋਹਰਾ ਨਹਲੇ ਮਰਦਾਨਾ ਕਹੇ ਤੂੰ ਖਾਵਹੁ ਮੈਂ ਖਾਉ ਤੇ ਭਾਈ ਮਰਦਾਨਾ ਜੀ ਨੂੰ ਭਾਵੇਂ ਭੁੱਖ ਬੜੀ ਲੱਗੀ ਐ ਪਰ ਭਾਈ ਮਰਦਾਨਾ ਜੀ ਕਹਿੰਦੇ ਨਾ ਭਾਈ ਟੰਡੇ ਜਿੰਨਾ ਚਿਰ ਤੱਕ ਮੇਰੇ ਗੁਰੂ ਜੀ ਨਹੀਂ ਖਾਂਦੇ ਮੈਂ ਵੀ ਨਹੀਂ ਛਕਣਾ ਮੈਂ ਵੀ ਨਹੀਂ ਛਕਣਾ ਭਾਵੇਂ ਭੁੱਖ ਬਹੁਤ ਲੱਗੀ ਆ ਪਰ ਕਹਿੰਦੇ ਨਹੀਂ ਪਹਿਲਾਂ ਗੁਰੂ ਜੀ ਛਕਣਾ ਹਾਂਜੀ ਗੁਰੂ ਪਨੈ ਤੁਝ ਭੁੱਖ ਬਹੁ ਖਾਵਹੁ ਕਰਨ ਹਟਾਉ ਤੇ ਭਾਈ ਟੰਡਾ ਜੀ ਕਹਿੰਦੇ ਨਹੀਂ ਗੁਰੂ ਸਾਹਿਬ ਨੇ ਆਖਿਆ ਵੀ ਤੈਨੂੰ ਭੁੱਖ ਬਹੁਤ ਲੱਗੀ ਤੂੰ ਛਕ ਲੈ ਹਾਂਜੀ ਚੌਪਈ ਸੁਨ ਬਚ ਅਚਿਓ ਅਸਨ ਮਰਦਾਨੇ ਮਹਾਰਾਜ ਕਹਿੰਦੇ ਮਰਦਾਨਿਆਂ ਇੰਦਰਸੈਨ ਨੂੰ ਸਮਾ ਲੱਗ ਜਾਣਾ ਤੂੰ ਛਕ ਲਾ ਤੇ ਫਿਰ ਭਾਈ ਮਰਦਾਨਾ ਜੀ ਨੇ ਬਚਨ ਮੰਨ ਕੇ ਪ੍ਰਸ਼ਾਦਾ ਛਕ ਲਿਆ ਹਾਂਜੀ ਔਰਤ ਰਾ ਸਭ ਤਿਸਹਿ ਸਥਾਨੇ ਬਾਕੀ ਉਹ ਭੋਜਨ ਉੱਥੇ ਹੀ ਪਿਆ ਰਿਆ ਜੀ ਚਾਰ ਹਿੱਸੇ ਦੇ ਹਾਂਜੀ ਝੰਡਾ ਗयो ਬੁਲਾਵਨ ਤਾਂ ਕੋ ਉਧਰ ਸੈਨ ਨ੍ਰਿਪ ਮਾਤਲ ਜਾ ਕੋ ਤੇ ਸਾਧ ਸੰਗਤ ਜੀ ਭਾਈ ਢੰਡਾ ਜੀ ਇੰਦਰਸੈਨ ਨੂੰ ਬੁਲਾਉਣ ਵਾਸਤੇ ਗਏ ਹਾਂਜੀ ਇੰਦਰਸੈਨ ਤਬ ਉਪਵਨ ਬੈਸਾ ਤੈਹ ਸੋ ਬਚਨ ਉਚਾਰਿਓ ਐਸਾ ਤੈਹ ਸੋ ਬਚਨ ਉਚਾਰਿਓ ਐਸਾ ਕਹਿੰਦੇ ਆ ਇੰਦਰਸੈਨ ਅੱਖਾਂ ਬੰਦ ਕਰਕੇ ਬਾਗ ਚ ਬੈਠਾ ਸੀਗਾ ਭਗਤੀ ਕਰ ਰਿਆ ਸੀਗਾ ਜੀ ਵੇਖੋ ਕਿੰਨਾ ਭਲਾ ਬੰਦਾ ਹੋਏਗਾ ਜੀ ਹਾਂਜੀ ਬਾਗ 'ਚ ਬੈਠੇ ਨੇ ਤਰਬੰਦ ਕੀਤੇ ਭਗਤੀ ਕਰਨਦੇ ਤੇ ਚੰਡਾ ਜੀ ਉੱਥੇ ਪਹੁੰਚ ਗਏ ਜੀ ਬਾਗ ਵਿੱਚ ਹਾਂਜੀ ਕਰ ਹੈ ਹੇਤ ਜਹ ਗਿਆਨ ਧਿਆਨਾ ਕਹਿੰਦੇ ਭਾਈ ਇੰਦਰਸੈਨ ਆਪਣੇ ਭਾਗ ਜੱਗ ਗਏ ਜਿਸ ਰੱਬ ਦੀ ਪ੍ਰਾਪਤੀ ਵਾਸਤੇ ਗਿਆਨ ਧਿਆਨ ਦੀਆਂ ਰੋਜ਼ ਬਾਤਾਂ ਕਰਦੇ ਆ ਭਗਤੀ ਕਰਦੇ ਆ ਬੈਠ ਕੇ ਹਾਂਜੀ ਮਿਲਾ ਸੰਤ ਪੂਰਨ ਗਤ ਦਾਨਾ ਉਹ ਸਾਨੂੰ ਇੱਕ ਸੰਤ ਮਿਲ ਗਿਆ ਹੀ ਕਹਿੰਦੇ ਗੱਜ ਕਿ ਆਖੋ ਵਾਹਿਗੁਰੂ ਉਹਦੀ ਪ੍ਰਾਪਤੀ ਵਾਸਤੇ ਸੰਤ ਮਿਲ ਗਿਆ ਇਹ ਨਹੀਂ ਪਤਾ ਉਹ ਸੰਤ ਨਹੀਂ ਉਹ ਤੇ ਆਪ ਹੀ ਰੱਬ ਹੈ ਅਦੇ ਬਚਨ ਬਲਾ ਅਸ ਘਟ ਹੋਏ ਨਾ ਜੇ ਪਤਾ ਨਹੀਂ ਲੱਗਾ ਹਾਂਜੀ ਚਲੋ ਬੁਲਾਵਤ ਅਬ ਤਹ ਪਾਹੀ ਚੱਲ ਭਾਈ ਤੈਨੂੰ ਉਹ ਸੰਤ ਸਾਧ ਰਿਹਾ ਤੇ ਆਪਾਂ ਚੱਲੀਏ ਦੋਵੇਂ ਹਾਂਜੀ ਤੁਮ ਬਿਨ ਅਸਨ ਅਚਤ ਸੋ ਨਾਹੀ ਹੋਰ ਗੱਲ ਦਸਾਂ ਮੈਂ ਭੋਜਨ ਲੈ ਕੇ ਗਿਆ ਸਾਂ ਉਹ ਕਹਿੰਦੇ ਪਹਿਲਾਂ ਆਪਣੇ ਮਿੱਤਰ ਨੂੰ ਲੈ ਕੇ ਆ ਫਿਰ ਅਸੀਂ ਭੋਜਨ ਸ਼ਕਣਾ ਫਿਰ ਸ਼ਕਣਾ ਤੈਨੂੰ ਸੱਦ ਰਹੀਓ ਹਾਂਜੀ ਸੁਨ ਕਰ ਇੰਦਰਸੈਨ ਹਰਖਾਨਾ ਭਾਈ ਇੰਦਰਸੈਨ ਜੀ ਸੁਣ ਕੇ ਬੜੇ ਖੁਸ਼ ਹੋਏ ਜੀ ਹਾਂਜੀ ਜਨ ਪਿਆਸੇ ਕੋ ਸੁਦਾ ਮਿਲਾਨਾ ਇੰਨੇ ਖੁਸ਼ ਹੋਏ ਜੀ ਜਿਵੇਂ ਕਿ ਇਹ ਪਿਆਸੇ ਨੂੰ ਅੰਮ੍ਰਿਤ ਨਹੀਂ ਛਕਣ ਨੂੰ ਮਿਲ ਜਾਂਦਾ ਤੇ ਉਹ ਖੁਸ਼ ਹੁੰਦਾ ਭਾਈ ਜੀ ਐਵੇਂ ਖੁਸ਼ ਹੋਏ ਤੇ ਅੱਗੋਂ ਫਿਰ ਚੱਲੇ ਆ ਮਹਾਰਾਜ ਕੋਲ ਜਾ ਕੇ ਕੀ ਬਚਨ ਕਰਦੇ ਹੋ ਆਪਾਂ ਕੱਲ ਨੂੰ ਸਰਵਣ ਕਰਾਂਗੇ ਹੁਣ ਵੇਖੋ ਕਿੱਡੇ ਭਲੇ ਆ ਜੀ ਇਹ ਦੋਵੇਂ ਜੀ ਇਹੋ ਜੀਆਂ ਜੋੜੀਆਂ ਤੇ ਘਰ ਘਰ ਹੋਣ ਜੀ ਹਾਂਜੀ ਇਹ ਭਾਈ ਟੰਡੇ ਤੇ ਭਾਈ ਇੰਦਰਸੈਨ ਜੀ ਜੈਸੀਆਂ ਜੋੜੀਆਂ ਘਰ ਘਰ ਹੋਣ ਕਿੱਡੇ ਭਲੇ ਆ ਤੇ ਦੋਵੇਂ ਕਿੰਨੇ ਖੁਸ਼ ਹੋਏ ਇਰੇ ਤੋਂ ਅੱਗੇ ਕੱਲ ਨੂੰ ਸਰਵਣ ਕਰਾਂਗੇ ਆਓ ਬੜੇ ਪਿਆਰ ਨਾਲ ਨੇਤਰ ਬੰਦ ਕਰਕੇ ਗੁਰਮੰਤਰ ਦੇ ਵਿੱਚ ਸ਼ਰਤیاں ਜੋੜੀਏ ਵਾਹਿਗੁਰੂ ਵਾਹਿਗੁਰੂ ਆ ਇੱਕਾਗਰਤਾ ਨਾਲ ਜਿਵੇਂ ਦੋਵੇਂ ਦੋਸਤ ਮਿਲ ਕੇ ਗਾਉਂਦੇ ਹੋਣਗੇ ਵਾਹਿਗੁਰੂ ਦਾ ਜਸ ਉਹ ਮਹਿੰਗਾ ਗਾਇਆ ਵਾਹੇ ਗੁਰੂ ਵਾਹੇ ਗੁਰੂ ਵਾਹ ਪਾਤਸ਼ਾਹ ਮੇਰ ਕਰਨ ਕਿਰਪਾ ਕਰਨ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ ਜੀ ਦੋਵੇਂ ਹੱਥ ਜੋੜ ਕੇ ਗੱਜ ਕਿਵੇਂ ਫਤੇ ਬਲਾਓ ਜੀ ਵਾਹਿ ਹੈ ਗੁਰੂ ਜੀ ਦਾ ਤਾਲ ਸਾਹ ਵਾਹਿ ਹੈ ਗੁਰੂ ਜੀ ਕੀ ਤੱਤ